ਪਰਮੇਸ਼ਰ ਜੀ ਨੂੰ ਸਨਮੁਖ ਲਿਹਾ ਕੇ ਉਹਨਾਂ ਦੇ ਸਾਖ ਸਾਤ ਪ੍ਰਤੱਖ ਦਰਸ਼ਨ ਕਰਦੇ ਹੋਏ ਜਿਵੇਂ ਸਾਡੇ ਸਾਹਮਣੇ ਕੋਈ ਸੱਜਣ ਬੈਠਾ ਹੋਵੇ ਤੇ ਅਸੀਂ ਉਸ ਸਾਨੂੰ ਕੋਈ ਕਵੇ ਵੀ ਇਹਦੇ ਤੁਸੀਂ ਸਰੂਪ ਦਾ ਵਰਣਨ ਕਰੋ ਤਾਂ ਇਹ ਤਾਂ ਸਤਿਗੁਰਾਂ ਨੂੰ ਵਾਹਿਗੁਰੂ ਪਰਮੇਸ਼ਰ ਜੀ ਪ੍ਰਤੱਖ ਰਹਿੰਦੇ ਹਨ ਉਹਨਾਂ ਨੂੰ ਪ੍ਰਤੱਖ ਅਕਾਲੀ ਜੋਤ ਦੇ ਦਰਸ਼ਨ ਹੁੰਦੇ ਨੇ ਤੋ ਇਹ ਆਪਣੇ ਸਾਰਮੁਖ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜੋਤੀ ਸਰੂਪ ਵਾਹਿਗੁਰੂ ਜੀ ਦੇ ਗੁਣ ਗਾਇਨ ਕਰਦੇ ਨੇ ਉਹਨਾਂ ਦੇ ਸਰੂਪ ਦਾ ਵਰਣਨ ਕਰਦੇ ਨੇ ਜਿਵੇਂ ਗੁਰਬਾਣੀ ਦੇ ਵਿੱਚ ਵੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਤਿਨਾਂ ਦੇ ਸਰੂਪ ਦਾ ਵਰਣਨ ਕੀਤਾ ਹੈ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਭੰ ਗੁਰ ਪ੍ਰਸਾਦ ਜਾਂ ਪਾਤਸ਼ਾਹ ਜੁਗਾਦ ਸੱਚ ਹੈ ਭੀ ਸਤ ਨਾਨਕ ਹੋਸੀ ਭੀ ਸੱਚ ਇਹ ਮੂਲ ਮੰਤਰ ਕੀ ਹੈ ਵਾਹਿਗੁਰੂ ਜੀ ਦਾ ਸਰੂਪ ਹੈ ਵਾਹਿਗੁਰੂ ਜੀ ਦੇ ਸਰੂਪ ਦੇ ਗੁਣ ਕਿਤਾਂ ਦੇ ਨੇ ਸੁੰਦਰਤਾ ਕਿਤਾਂ ਦੀ ਹੈ ਸੁਭਾਅ ਕਿਤਾਂ ਦਾ ਹੈ ਉਹਨਾਂ ਦੇ ਸਰੂਪ ਦਾ ਵਰਣਨ ਕੀਤਾ ਗਿਆ ਹੈ ਵਾਹਿਗੁਰੂ ਮੰਤਰ ਗੁਰ ਮੰਤਰ ਹੈ ਜਿਵੇਂ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਵੀ ਫਰਮਾਉਂਦੇ ਨੇ ਕਿ ਵਾਹਿਗੁਰੂ ਗੁਰ ਮੰਤਰ ਹੈ ਜਪ ਹੋਂਬੈ ਖੋਈ ਵਾਹਿਗੁਰੂ ਗੁਰ ਮੰਤਰ ਦਾ ਅਭਿਆਸ ਕੀਤਿਆਂ ਨਾਮ ਦਾ ਅਭਿਆਸ ਕੀਤਿਆਂ ਜਿਹੜਾ ਪਰਮੇਸ਼ਰ ਮਿਲਦਾ ਹੈ ਉਹ ਪਰਮੇਸ਼ਰ ਕਿਦਾਂ ਦਾ ਹੈ ਤਾ ਉਹਦਾ ਲਖਣ ਉਹਦਾ ਸਰੂਪ ਫਿਰ ਮਹਾਰਾਜ ਨੇ ਮੂਲ ਮੰਤਰ ਪਹਿਲੀ ਪੌੜੀ ਦੇ ਵਿੱਚ ਮੂਲ ਮੰਤਰ ਦੇ ਵਿੱਚ ਵਰਨਨ ਕੀਤਾ ਹੈ ਇਸੇ ਕਰਕੇ ਬਹੁਤੇ ਮਹਾਪੁਰਸ਼ ਪਹਿਲਾ ਮੂਲ ਮੰਤਰ ਦਾ ਅਭਿਆਸ ਕਰਦੇ ਨੇ ਭਾਵੇਂ 5 ਮਿੰਟ ਕਰਨ 10 ਮਿੰਟ ਕਰਨ 15 ਮਿੰਟ ਕਰਨ 20 ਮਿੰਟ ਕਰਨ ਤੇ ਫਿਰ ਗੁਰਮੰਤਰ ਦਾ ਅਭਿਆਸ ਕਰਦੇ ਹਨ ਮੂਲ ਮੰਤਰ ਬਾਬਾ ਜੀ ਦੱਸਦੇ ਹੁੰਦੇ ਨੇ ਮਹਾਤਮਾ ਲੋਕ ਦੱਸਦੇ ਨੇ ਸੰਤ ਲੋਕ ਦੱਸਦੇ ਨੇ ਕਿ ਮੂਲ ਮੰਤਰ ਜਿਹੜਾ ਹੈ ਉਹ ਸੁਰਤ ਨੂੰ ਸਾਫ਼ ਕਰਨ ਵਾਸਤੇ ਹੁੰਦਾ ਹੈ ਤੇ ਵਾਹਿਗੁਰੂ ਮੰਤਰ ਜਿਹੜਾ ਹੈ ਇਹ ਸੁਰਤ ਨੂੰ ਉੱਚੀ ਚੁੱਕਣ ਵਾਸਤੇ ਟਿਕਾਉਣ ਵਾਸਤੇ ਰੋਹਾਨੀਆਂ ਰੋਹਾਨੀਅਤ ਦੀ ਅਵਸਥਾ ਪ੍ਰਾਪਤ ਕਰਨ ਵਾਸਤੇ ਵਾਹਿਗੁਰੂ ਮੰਤਰ ਦਾ ਅਭਿਆਸ ਹੁੰਦਾ ਹੈ ਤੇ ਵਾਹਿਗੁਰੂ ਮੰਤਰ ਦੇ ਅਭਿਆਸ ਕਰਨ ਤੋਂ ਬਾਅਦ ਜਿਹੜਾ ਰੱਬ ਮਿਲਦਾ ਹੈ ਪਰਮੇਸ਼ਰ ਮਿਲਦਾ ਹੈ ਉਹ ਕੀ ਹੈ মূল ਮੰਤਰ ਇੱਕ ਓੰਕਾਰ ਹੈ ਇੱਕ ਹੈ ਸਤ ਹੈ ਕਰਤਾ ਹੈ ਪੁਰਖ ਹੈ ਨਿਰਭਉ ਹੈ ਨਿਰਵੈਰ ਹੈ ਤਾਂ ਇੱਥੇ ਵੀ ਦਸਵੇਂ ਪਾਤਸ਼ਾਹ ਉਸ ਵਾਹਿਗੁਰੂ ਦੀ ਸੁੰਦਰਤਾ ਉਹਦਾ ਸਰੂਪ ਉਹ ਕਿਸ ਤਰ੍ਹਾਂ ਦਾ ਹੈ ਇਹ ਬਿਆਨ ਕਰਦੇ ਪਏ ਹਨ ਸੋ ਆਵੋ ਬੜੇ ਪ੍ਰੇਮ ਦੇ ਨਾਲ ਸੁਣਦਾ ਯਤਨ ਕਰੀਏ ਸਤਿਗੁਰੂ ਜੀ ਫਰਮਾਉਂਦੇ ਹਨ ਵਾਹਿਗੁਰੂ ਜੀ ਕਲੰਕੰ ਬਿਨਾ ਨੇਕਲੰਕੀ ਸਰੂਪੇ ਇਹ ਅਕਾਲ ਪੁਰਖ ਵਾਹਿਗੁਰੂ ਜੀ ਉਹ ਆਪ ਜੀ ਕਲੰਕ ਤੋਂ ਬਿਨਾ ਹੋ ਨੇਕਲੰਕੀ ਨਿਸ਼ਕਲੰਕ ਸਰੂਪ ਹੋ ਕਲੰਕ ਕਹਿੰਦੇ ਨੇ ਦਾਗ ਨੂੰ ਦੋਸ਼ ਨੂੰ ਕਿਉ ਗੁਰਬਾਣੀ ਇਸ ਗੱਲ ਉੱਤੇ ਬੜਾ ਜ਼ੋਰ ਦਿੰਦੀ ਹੈ ਕਿ ਜਿਹੜੇ ਦਾਗ ਦੋਸ਼ ਨੇ ਇਹ ਆਤਮਾ ਨੂੰ ਮੈਲਾ ਕਰਦੇ ਨੇ ਗੰਦਾ ਕਰਦੇ ਨੇ ਤੇ ਜਿਹਦੀ ਆਤਮਾ ਮੈਲੀ ਹੈ ਗੰਦੀ ਹੈ ਉਹਨੂੰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਥਾਂ ਨਹੀਂ ਮਿਲਦਾ ਜਿਵੇਂ ਗੁਰਬਾਣੀ ਕਹਿੰਦੀ ਨਾ ਦਾਗ ਦੋਸ਼ ਉਹ ਚੱਲਿਆ ਲਾਏ ਤਾਂ ਇਹ ਦਾਗ ਦੋਸ਼ ਰੱਬ ਦੀ ਦਰਗਾਹ ਦੇ ਵਿੱਚ ਥਾਂ ਨਹੀਂ ਦਿੰਦੇ ਹਾਂ ਤਾਂ ਸੱਚੇ ਪਾਤਸ਼ਾਹ ਕਿਤਾਂ ਦੇ ਹੰਦ ਵਾਹਿਗੁਰੂ ਜੀ ਕਿੰਤਾ ਦੇ ਨੇ ਕਲੰਕ ਤੋਂ ਬਿਨਾ ਹਨ ਨਿਸ਼ਕਲੰਕ ਸਰੂਪ ਹਨ ਤੇ ਜਿਹੜੇ ਉਹਨਾਂ ਦੇ ਸ਼ਰਨ ਪੈ ਜਾਂਦੇ ਨੇ ਜਿਹੜੇ ਉਹਨਾਂ ਦੇ ਭਗਤ ਨੇ ਸੰਤ ਨੇ ਸਾਧੂ ਨੇ ਮਹਾਤਮਾ ਨੇ ਉਹਨਾਂ ਨੂੰ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨਿਸ਼ਕਲੰਕ ਸਰੂਪ ਕਰ ਦਿੰਦੇ ਨੇ ਸਤਗੁਰੂ ਗੁਰਬਾਣੀ ਦੇ ਵਿੱਚ ਲਿਖਦੇ ਪਾਰ ਬ੍ਰਹਮ ਕੀ ਸਰਣੀ ਪਾਹੇ ਕੋਟ ਕਲੰਕ ਖਿੰਮਹਿ ਮਿਟ ਜਾਹੇ ਜਿਹੜੇ ਵਾਹਿਗੁਰੂ ਜੀ ਦੀ ਸ਼ਰਨ ਪੈ ਜਾਂਦੇ ਨੇ ਉਹਨਾਂ ਦੇ ਕਰੋੜਾਂ ਪਾਪ ਕੀਤੇ ਹੋਏ ਦਾਗ ਦੋਸ਼ ਵਿਕਾਰਾਂ ਦੇ ਲੱਗੇ ਹੋਏ ਮਿਟ ਜਾਂਦੇ ਹਨ ਤਾਂ ਪਹਿਲਾ ਅਰਥ ਤੇ ਇਹੀ ਹੈ ਵੀ ਵਾਹਿਗੁਰੂ ਜਿਹੜੇ ਨੇ ਉਹ ਕਲੰਕ ਤੋਂ ਬਿਨਾਂ ਨਿਸ਼ਕਲੰਕ ਸਰੂਪ ਨੇ ਪਾਪ ਤੋਂ ਬਿਨਾਂ ਨੇ ਵਕਾਰ ਤੋਂ ਬਿਨਾਂ ਨੇ ਉਹਨਾਂ ਤੇ ਕੋਈ ਦਾਗ ਦੋਸ਼ ਨਹੀਂ ਲੱਗ ਸਕਦਾ ਹੈ ਦੂਸਰਾ ਅਰਥ ਇਸ ਤਰ੍ਹਾਂ ਵੀ ਸੰਤ ਸਾਧੂ ਕਰ ਦਿੰਦੇ ਨੇ ਵੀ ਜਿਹੜੇ ਕਲੰਕੀ ਸਰੂਪੇ ਨੰਨੇ ਨੂੰ ਥੋੜਾ ਜਿਹਾ ਵੱਖਰਾ ਕਰਕੇ ਵੀ ਜਿਹੜੇ ਕਲੰਕ ਰੂਪ ਨੇ ਪਾਪੀ ਨੇ ਜਿਹੜੇ ਮਨਮੁਖ ਨੇ ਜੇ ਉਹ ਵਾਹਿਗੁਰੂ ਜੀ ਦੀ ਸ਼ਰਨ ਆ ਜਾਣ ਤਾਂ ਨੰਨੇ ਦਾ ਅਰਥ ਫਿਰ ਇਸ ਤਰ੍ਹਾਂ ਮਹਾਤਮਾ ਲੋਕ ਕਰਦੇ ਨੇ ਵੀ ਨੰਨਾ ਮੈਨੇ ਵਿਸ਼ੇਸ਼ ਕਰਕੇ ਉਹਨਾਂ ਨੂੰ ਕਲੰਕ ਤੋਂ ਬਿਨਾ ਕਰ ਦਿੰਦਾ ਹੈ ਉਹਨਾਂ ਨੂੰ ਪਵਿੱਤਰ ਕਰ ਦਿੰਦਾ ਹੈ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਪ੍ਰੇਰਨਾ ਸਰੋਤ ਬਣ ਜਾਂਦਾ ਹੈ ਜਾਂ ਫਿਰ ਅਵਤਾਰਵਾਦ ਦਾ ਵੀ ਅਰਥ ਕੀਤਾ ਜਾਂਦਾ ਹੈ ਭਗਵਾਨ বিষ্ণੂ ਜੀ ਦੇ ਜਿਹੜੇ ਅਵਤਾਰ ਨੇ ਉਹਨਾਂ ਚ ਅਖੀਰਲੇ ਅਵਤਾਰ ਕੌਣ ਨੇ ਉਹ ਨੇਕਲੰਕ ਅਵਤਾਰ ਨੇ ਤਾਂ हे ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਆਪ ਜੀ ਕਲੰਕ ਤੋਂ ਬਿਨਾਂ ਰਹਿਤ ਨੇਕ ਕਲੰਕੀ ਨੇਕ ਕਲੰਕ ਅਵਤਾਰ ਦੇ ਸਰੂਪ ਨੂੰ ਧਾਰਨ ਕਰਨ ਵਾਲੇ ਜਿਹੜੇ ਅਵਤਾਰ ਵੀ ਨੇ ਇਹ ਵੀ ਆਪ ਜੀ ਦੀ ਬਰਕਤ ਆਪ ਜੀ ਦੀ ਤਾਕਤ ਲੈ ਕੇ ਸੰਸਾਰ ਦੇ ਵਿੱਚ ਆਉਂਦੇ ਨੇ ਜਿਵੇਂ ਦਸਵੇਂ ਪਾਤਸ਼ਾਹ ਲਿਖਿਆ ਨਾ ਭਾਰ ਅਪਾਰ ਨਿਵਾਰਨ ਕੋ ਕਲਕੀ ਅਵਤਾਰ ਕਹਾਹੇਗੇ ਕਹਾਹਵੇਂਗੇ ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵੇਂਗੇ ਤਾਂ ਜਿਹੜਾ ਨੇਕਲੰਕ ਅਵਤਾਰ ਦੇ ਸਰੂਪ ਨੂੰ ਕਿੰਨੇ ਧਾਰਨ ਕਰਦਾ ਹੈ ਉਹ ਵੀ ਵਾਹਿਗੁਰੂ ਨੇ ਧਾਰਨ ਕਰਨਾ ਹੈ ਸੰਸਾਰ ਦਾ ਭਾਰ ਦੂਰ ਕਰਨ ਵਾਸਤੇ ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਜੀ ਕਲੰਕ ਤੋਂ ਬਿਣਾ ਨੇ ਤੇ ਆਪਣੇ ਪਿਆਰਿਆਂ ਨੂੰ ਵੀ ਕਲੰਕ ਤੋਂ ਰਹਿਤ ਕਰ ਦਿੰਦੇ ਹਨ ਇਹ ਭਗਤਾਂ ਦੇ ਲੱਛਣ ਦੱਸੇ ਨੇ ਪ੍ਰਮਾਤਮਾ ਦੇ ਪਿਆਰਿਆਂ ਦੇ ਲੱਛਣ ਕੀ ਹੁੰਦੇ ਉਹ ਕਲੰਕ ਤੋਂ ਬਿਣਾ ਨੇ ਹੋਰ ਵੀ ਧਾਰਮਿਕ ਗ੍ਰੰਥਾਂ ਦੇ ਵਿੱਚ ਉਹਨਾਂ ਦੇ ਲੱਛਣ ਕਥਨ ਕੀਤੇ ਨੇ ਪਹਿਲਾ ਲੱਛਣ ਕੀ ਹੁੰਦਾ ਪ੍ਰਮਾਤਮਾ ਦੇ ਪਿਆਰਿਆਂ ਦਾ ਵੀ ਉਹ ਅਗਿਆਨੀ ਨਹੀਂ ਹੁੰਦੇ ਅੰਧ ਵਿਸ਼ਵਾਸੀ ਨਹੀਂ ਹੁੰਦੇ ਜਿਨ੍ਹਾਂ ਨੂੰ ਆਪਾਂ ਸਾਭ ਸ਼ਬਦਾਂ ਜਿਵੇਂ ਅੱਜ ਕੱਲ੍ਹ ਲੋਕ ਬਹੁਤ ਆ ਜਿਹੜੇ ਧਰਮ ਤੋਂ ਨਫ਼ਰਤ ਕਰਦੇ ਨੇ ਆਪਣੇ ਆਪ ਨੂੰ ਸਿਆਣੇ ਸਮਝਦੇ ਨੇ ਪੜ੍ਹੇ ਲਿਖੇ ਸਮਝਦੇ ਨੇ ਉਹ ਕਹਿੰਦੇ ਧਰਮ ਮੰਤ ਵਿਸ਼ਵਾਸ ਹੈ ਨਹੀਂ ਪ੍ਰਮਾਤਮਾ ਦੇ ਪਿਆਰਿਆਂ ਦਾ ਪਹਿਲਾ ਲੱਛਣ ਕਿ ਉਹ ਅੰਧ ਵਿਸ਼ਵਾਸੀ ਨਹੀਂ ਹੁੰਦੇ ਅੰਧ ਵਿਸ਼ਵਾਸੀ ਉਹ ਆ ਜਿਹੜਾ ਪ੍ਰਮਾਤਮਾ ਦੇ ਪ੍ਰਭਾਵ ਨੂੰ ਨਹੀਂ ਜਾਣਦਾ ਪ੍ਰਮਾਤਮਾ ਦੇ ਸਰੂਪ ਨੂੰ ਨਹੀਂ ਜਾਣਦਾ ਪ੍ਰਮਾਤਮਾ ਦੇ ਗੁਣਾਂ ਨੂੰ ਨਹੀਂ ਜਾਣਦਾ ਪ੍ਰਮਾਤਮਾ ਦੇ ਰਹਿਸ ਨੂੰ ਨਹੀਂ ਜਾਣਦਾ ਜਿਹਨੂੰ ਕੁਝ ਪਤਾ ਨਾ ਹੋਵੇ ਤੇ ਫੇਰ ਵੀ ਮੰਨੇ ਉਹ ਅੰਧਵਿਸ਼ਵਾਸੀ ਮੰਨੇ ਜਾਂਦੇ ਭਗਤ ਕਿਦਾਂ ਦੇ ਨੇ ਪ੍ਰਮਾਤਮਾ ਦੇ ਪਿਆਰੇ ਕਿਦਾਂ ਦੇ ਨੇ ਕਿ ਉਹ ਪ੍ਰਮਾਤਮਾ ਦੇ ਗੁਣ ਨੂੰ ਵੀ ਜਾਣਦੇ ਨੇ ਸਰੂਪ ਨੂੰ ਵੀ ਜਾਣਦੇ ਨੇ ਉਹਦੀਆਂ ਵਡਿਆਈਆਂ ਨੂੰ ਵੀ ਜਾਣਦੇ ਨੇ ਬਰਕਤਾਂ ਨੂੰ ਵੀ ਜਾਣਦੇ ਨੇ ਉਹਦੇ ਰਹਿਸ ਨੂੰ ਵੀ ਜਾਣਦੇ ਤਾਂ ਉਹਨਾਂ ਦਾ ਪ੍ਰਮਾਤਮਾ ਦੇ ਨਾਲ ਇਸ ਤਰ੍ਹਾਂ ਦਾ ਪ੍ਰੇਮ ਹੁੰਦਾ ਹੈ ਅਸਲੀ ਪ੍ਰੇਮ ਗੁਣ ਜਾਣਨ ਤੋਂ ਬਾਅਦ ਲੱਗਦਾ ਹੈ ਗੁਣ ਜਾਣਨ ਤੋਂ ਬਿਨਾਂ ਜਿਹੜਾ ਪ੍ਰੇਮ ਹੈ ਉਹ ਅੰਧ ਵਿਸ਼ਵਾਸ ਦੇ ਵਿੱਚ ਲੈ ਜਾਂਦਾ ਹੈ ਤਾਂ ਪਹਿਲੀ ਨਿਸ਼ਾਨੀ ਕੀ ਹੈ ਕਿ ਉਹ ਅਗਿਆਨੀ ਨਹੀਂ ਹੁੰਦੇ ਅੰਧ ਵਿਸ਼ਵਾਸੀ ਨਹੀਂ ਹੁੰਦੇ ਉਹ ਪਰਮਾਤਮਾ ਨੂੰ ਜਾਣਦੇ ਹਨ ਦੂਸਰੀ ਨਿਸ਼ਾਨੀ ਧਾਰਮਿਕ ਗ੍ਰੰਥਾਂ ਦੇ ਵਿੱਚ ਕੀ ਲਿਖੀ ਹੈ ਵੀ ਜਿਹੜਾ ਪਰਮਾਤਮਾ ਦਾ ਭਗਤ ਹੁੰਦਾ ਹੈ ਉਹ ਨਿਰਭੈ ਹੁੰਦਾ ਹੈ ਭੈ ਤੋਂ ਰਹਿਤ ਹੁੰਦਾ ਹੈ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੁੰਦਾ ਤਾਂ ਭਗਵਾਨ ਦਾ ਭਗਤ ਪਰਮੇਸ਼ਰ ਦਾ ਭਗਤ ਨਿਰਭੈ ਹੁੰਦਾ ਹੈ ਉਹ ਜਾਣਦਾ ਵਾਵੇਂ ਸਾਰੇ ਸੰਸਾਰ ਦਾ ਸਵਾਮੀ ਕੌਣ ਹੈ ਵਾਹਿਗੁਰੂ ਹੈ ਮਾਲਕ ਕੌਣ ਹੈ ਵਾਹਿਗੁਰੂ ਹੈ ਤੇ ਜਿਹੜੀ ਮੌਤ ਹੈ ਉਹ ਵੀ ਉਹਦੇ ਅਧੀਨ ਹੈ ਇਸ ਕਰਕੇ ਪ੍ਰਮਾਤਮਾ ਦੇ ਪਿਆਰੇ ਨੂੰ ਮੌਤ ਦਾ ਭੈ ਨਹੀਂ ਫਿਰ ਉਹਨੇ ਦੁਨੀਆ ਦਾ ਭੈ ਕੀ ਮੰਨਣਾ ਕਿਉਂਕਿ ਸਭ ਤੋਂ ਵੱਡਾ ਭੈ ਜਿਹੜਾ ਹੈ ਉਹ ਮੌਤ ਦਾ ਮੰਨਿਆ ਗਿਆ ਹੈ ਤਾਂ ਇਸ ਤਰ੍ਹਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਬੜੇ ਸੁੰਦਰ ਜ਼ਿਕਰ ਕੀਤੇ ਨੇ ਤੀਸਰਾ ਪਰਮਾਤਮਾ ਦੇ ਪਿਆਰੇ ਦੀ ਨਿਸ਼ਾਨੀ ਕੀ ਹੈ ਕਿ ਉਹ ਕਿਸੇ ਵਸਤੂ ਦੇ ਨਾਲ ਮੋਹ ਨਹੀਂ ਕਰਦਾ ਹੈ। ਮਮਤਾ ਦਾ ਉਹਦਾ ਸੰਬੰਧ ਨਹੀਂ ਹੁੰਦਾ। ਕਿਉਂਕਿ ਧਾਰਮਿਕ ਗ੍ਰੰਥਾਂ ਦੇ ਵਿੱਚ ਇਹ ਗੱਲ ਬੜੀ ਸੁੰਦਰ ਜ਼ਿਕਰ ਕੀਤੀ ਗਈ ਹੈ ਵੀ ਜਨਨੀ ਜਨਕ ਬੰਦ ਸੁਤਦਾਰਾ ਤਨ ਧਨ ਭਵਨ ਸੁਹਿਰਦ ਪਰਿਵਾਰਾ ਸਭ ਕੈ ਮੰਤਾ ਤਾਗ ਬਟੂਰੀ ਮਮ ਪਦ ਮਨ ਹੈ ਬਾੰਧ ਪਰ ਡੋਰੀ ਅਸ ਸੱਜਣ ਮਮ ੳਰ ਪਰ ਕੈਸੇ ਲੋਭੀ ਹਿਰਦੈ ਬਸੇ ਤਨ ਜੈਸ ਸੰਸਾਰ ਦੇ ਵਿੱਚ ਬੰਦੇ ਦਾ ਮੋਹ ਕਿੱਥੇ ਹੈ ਉਹਦਾ ਮੋਹ ਹੁੰਦਾ ਹੈ ਮਾਤਾ ਵਿੱਚ ਜਿਵੇਂ ਬੱਚੇ ਦਾ ਮੋਹ ਮਾਤਾ ਨਾਲ ਹੈ ਪਿਤਾ ਦੇ ਵਿੱਚ ਭਾਈ ਦੇ ਵਿੱਚ ਪੁੱਤਰ ਦੇ ਵਿੱਚ ਇਸਤਰੀ ਦੇ ਵਿੱਚ ਸਰੀਰ ਦੇ ਵਿੱਚ ਪੈਸੇ ਵਿੱਚ ਹੁਣ ਸਰੀਰ ਦਾ ਮੋਹ ਕਿੰਨਾ ਹੈ ਇੱਕ ਬੰਨੇ ਕਹਿੰਦੇ ਵੀ ਅਸੀਂ ਦੇਹ ਧਾਰੀ ਦੀ ਪੂਜਾ ਨਹੀਂ ਕਰਦੇ ਦੂਜੇ ਬੰਨੇ ਜਿਉਂ ਲੱਗਦੇ ਆਪਦੀਆਂ ਫੋਟੋਆਂ ਆਪੇ ਹੀ ਖਿੱਚ ਕੇ ਜਿਹਨੂੰ ਸੈਲਫੀ ਕਹਿੰਦੇ ਇੱਕ ਤਾਂ ਦੂਜੇ ਨੇ ਖਿੱਚੀਆਂ ਇੱਕ ਤਾਂ ਦੂਜੇ ਨੇ ਖਿੱਚੀਆਂ ਤੇ ਇੱਕ ਆਪ ਹੀ ਖਿੱਚ-ਖਿੱਚ ਕੇ ਪਾਈ ਜਾਂਦੇ ਇੱਕ ਬੰਨੇ ਕਹਿੰਦੇ ਅਸੀਂ ਦੇਹ ਦੀ ਪੂਜਾ ਨਹੀਂ ਕਰਦੇ ਦੇਹ ਧਾਰੀ ਨੂੰ ਨੂੰ ਹੀ ਮੰਨਦੇ ਦੂਸਰੇ ਬੰਨੇ ਆਪਦੀ ਦੇਹ ਨੂੰ ਵੇਖੀ ਜਾਂਦੇ 24 ਘੰਟੇ ਤਾਂ ਸਰੀਰ ਦੇ ਵਿੱਚ ਮਮਤਾ ਹੁੰਦੀ ਹੈ ਪੈਸੇ ਦੇ ਵਿੱਚ ਮਮਤਾ ਹੁੰਦੀ ਹੈ ਇਨ ਸਾਰਿਆਂ ਵਿਸ਼ਿਆਂ ਦੇ ਵਿੱਚੋਂ ਪਦਾਰਥਾਂ ਦੇ ਵਿੱਚੋਂ ਜਿਹੜੇ ਪ੍ਰਮਾਤਮਾ ਦੇ ਪਿਆਰੇ ਨਾ ਉਹ ਆਪਣਾ ਮੋਹ ਕੱਢ ਕੇ ਵੰਮਤਾ ਕੱਢ ਕੇ ਤਾਂ ਇੱਕ ਡੋਰੀ ਬਣਾਉਂਦੇ ਆ ਇੱਕ ਰੱਸੀ ਵਟਦੇ ਆ ਮਮਤਾ ਦੀ ਮੋਹ ਦੀ ਉਹਨੂੰ ਫਿਰ ਪਰਮੇਸ਼ਰ ਦੇ ਚਰਨਾਂ ਨਾਲ ਪਾਉਂਦੇ ਆ ਜਿਵੇਂ ਮਹਾਰਾਜ ਕਹਿੰਦੇ ਨਾ ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਤਾਂ ਸਾਰੇ ਸੰਸਾਰ ਦੇ ਵਿੱਚੋਂ ਆਪਣੀ ਮਮਤਾ ਕੱਢ ਕੇ ਮੋਹ ਕੱਢ ਕੇ ਫਿਰ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਪਾ ਲੈnde ਤਾਂ ਇਹ ਉਹਨਾਂ ਦੀ ਤੀਸਰੀ ਨਿਸ਼ਾਨੀ ਹੁੰਦੀ ਹੈ ਰੱਬ ਦੇ ਪਿਆਰਿਆਂ ਦੀਆਂ ਨਿਸ਼ਾਨੀਆਂ ਤੇ ਬੜੀਆਂ ਨੇ ਜਿਵੇਂ ਮਾਰਗ ਕਹਿੰਦੇ ਭਗਤਾਂ ਕੀ ਚਾਲ ਨਰਾਲੀ ਚਾਲ ਅਨਰਾਲੀ ਭਗਤਾ ਕੇਰੀ ਵਿਖੋਂ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖਾਨਿਓ ਦਿੱਖੀ ਵਾਲੋਂ ਨਿੱਕੀਏ ਤੋ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗੋ ਹੋ ਜੁਗ ਨਰਾਲੀ ਤਾਂ ਇੱਥੇ ਕਲਗੀ ਧਰਜੀ ਕਹਿੰਦੇ ਨੇ ਵੀ ਪ੍ਰਮਾਤਮਾ ਆਪਣੇ ਪਿਆਰਿਆਂ ਦਾ ਕਲੰਕ ਮੇੜ ਦਿੰਦਾ ਹੈ ਦੂਰ ਕਰ ਦਿੰਦਾ ਹੈ ਉਹ ਨਿਸ਼ਕ ਕਲੰਕ ਹੋ ਜਾਂਦੇ ਨੇ ਨਿਸ਼ ਪਾਪ ਹੋ ਜਾਂਦੇ ਨੇ ਉਹਨਾਂ ਉੱਤੇ ਕੋਈ ਕਰਮ ਲਾਗੂ ਨਹੀਂ ਹੁੰਦਾ ਉਹਨਾਂ ਉੱਤੇ ਕੋਈ ਕਿ ਜੇ ਧਾਰਮਿਕ ਗ੍ਰੰਥ ਦੀ ਸ਼ਾਸਤਰਾਂ ਦੀ ਮਰਿਆਦਾ ਜਿਹੜੀ ਹੈ ਉਹ ਲਾਗੂ ਨਹੀਂ ਹੁੰਦੀ ਤਾਂ ਇਹ ਸੰਤਾਂ ਦੀਆਂ ਨਿਸ਼ਾਨੀਆਂ ਨੇ ਰੱਬ ਦੇ ਪਿਆਰਿਆਂ ਦੀ ਵੀ ਕਲੰਕ ਤੋਂ ਬਿਨਾ ਜਾਂ ਅਗਿਆਨੀ ਨਹੀਂ ਹੁੰਦੇ ਤੀਸਰਾ ਨਿਰਭੈ ਜੇ ਕਲੰਕ ਚੌਥਾ ਇਹਨੂੰ ਮੰਨ ਲਈਏ ਵੀ ਕਿਸੇ ਨਾਲ ਮੋਹ ਨਹੀਂ ਹੁੰਦਾ ਇਹ ਵੀ ਇੱਕ ਸੰਤਾਂ ਦੀ ਨਿਸ਼ਾਨੀ ਕਿਉਂਨਾ ਸਾਰਾ ਮੋਹ ਆਪਣਾ ਦੁਨੀਆ 'ਚ ਉਹ ਖਿੱਚ ਕੇ ਜਿਵੇਂ ਬਰੀਕ-ਬਰੀਕ ਧਾਗੇ ਕੱਢ ਕੇ ਇੱਕ ਮੋਟੀ ਰੱਸੀ ਜਿਹੜੀ ਹੈ ਉਹ ਵੱਟ ਲਈ ਹੈ ਪਰਮੇਸ਼ਰ ਦੇ ਚਰਨਾਂ 'ਚ ਪ੍ਰੇਮ ਪਾਲਿਆ ਤਾਂ ਪੰਜਵੀਂ ਨਿਸ਼ਾਨੀ ਕੀ ਹੈ ਵੀ ਉਹਨਾਂ ਨੂੰ ਦੁੱਖ ਵੀ ਨਹੀਂ ਕਿਉਂ ਦੁੱਖ ਉੱਥੇ ਹੀ ਆ ਜਿੱਥੇ ਕਿਸੇ ਦਾ ਮੋਹ ਆ ਮਮਤਾ ਵਾ ਜਿੱਥੇ ਬੰਦੇ ਦੀ ਅਟੈਚਮੈਂਟ ਆ ਬੰਦਾ ਦੁੱਖ ਉੱਥੇ ਹੀ ਮੰਦਾ ਹੁਣ ਬਾਹਰ ਜੇ ਆਪਾਂ ਦੁਨੀਆ ਦੇ ਵਿੱਚ ਦੇਖੀਏ ਤਾਂ ਕਿੰਨੇ ਲੋਕ ਹਰ ਰੋਜ਼ ਮਰਦੇ ਆ ਜਾਂ ਕਿੰਨੇ ਲੋਕ ਉਹਨਾਂ ਦਾ ਬਿਜ਼ਨਸ ਫੇਲ ਹੋ ਰਿਹਾ ਕਿੰਨੇ ਲੋਕ ਆ ਜਿਹੜੇ ਡੁੱਬ ਚੁੱਕੇ ਨੇ ਪਰ ਅਸੀਂ ਕਿਸੇ ਲਈ ਨਹੀਂ ਰੋਂਦੇ ਪਰ ਜਦੋਂ ਕੋਈ ਸਾਡੇ ਘਰ ਦਾ ਬੰਦਾ ਮਰੇ ਜਾਂ ਸਾਡਾ ਆਪ ਦਾ ਕੋਈ ਪੈਸਾ ਖਤਮ ਹੋ ਜੇ ਕਿਸੇ ਤਰ੍ਹਾਂ ਨੁਕਸਾਨ ਹੋ ਜੇ ਸਾਡਾ ਨੁਕਸਾਨ ਹੋਵੇ ਜਾਂ ਜੀ ਦਾ ਜਿਹਦੇ ਨਾਲ ਸਾਡਾ ਸਬੰਧ ਹੈ ਪੁੱਤਰ ਧੀ ਰਿਸ਼ਤਾ ਹੈ ਉਹਦਾ ਕੋਈ ਨੁਕਸਾਨ ਹੋਵੇ ਤਾਂ ਸਾਨੂੰ ਫਿਰ ਪਰਮੇਸ਼ਰ ਅੱਗੇ ਰੋਸ ਆਉਂਦਾ ਹੈ ਵੀ ਇਹ ਕਿਉਂ ਹੋਇਆ ਇਹ ਹੋਣਾ ਨਹੀਂ ਸੀ ਚਾਹੀਦਾ ਤਾਂ ਉਹ ਸਾਡਾ ਜਿਹੜਾ ਮੋਹ ਹੈ ਉਹਦੇ ਕਰਕੇ ਸਾਨੂੰ ਮਮਤਾ ਜਿਹਨੂੰ ਆਪਾਂ ਮਮਤਾ ਵੀ ਕਹਿ ਦਿੰਦੇ ਨਾ ਧਾਰਮਿਕ ਸ਼ਬਦਾਂ 'ਚ ਤੇ ਪੰਜਾਬੀ 'ਚ ਆਪਾਂ ਮੋਹ ਕਹਿ ਦਿੰਦੇ ਇਹਦੇ ਕਰਕੇ ਹੀ ਸਾਰੇ ਸੰਸਾਰ ਦੇ ਵਿੱਚ ਦੁੱਖ ਹੈ ਹੁਣ ਬਾਹਰ ਜਿੰਨਾ ਕੋਈ ਮਰਜੀ ਜੰਮੇ ਕੋਈ ਮਰਜੀ ਮਰੇ ਅਖਬਾਰਾਂ ਭਰੀਆਂ ਆਉਂਦੀਆਂ ਬੜੇ ਟੌਰ ਨਾਲ ਲੱਤ ਤੇ ਲਾਤ ਰੱਖ ਕੇ ਚਾਹ ਦਾ ਕੱਪ ਫੜ ਕੇ ਪੜਦੇ ਪਏ ਆ ਵੀ ਫਲਾਨੀ ਜਗਾ ਗੱਡੀ ਦੀ ਗੱਡੀ ਐਕਸੀਡੈਂਟ ਹੋ ਗਈ ਕੋਈ ਦੁੱਖ ਨਹੀਂ ਪਰ ਆਪਦੇ ਮਾੜੀ ਜੀ ਝਰੀਟਾਈ ਜਾਂ ਆਪਣਿਆਂ ਦੇ ਮਾੜੀ ਜੀ ਝਰੀਟਾਈ ਤੇ ਰੋਣ ਨਿਕਲ ਜਾਂਦਾ ਹੈ ਤਾਂ ਜਿੱਥੇ ਬੰਦੇ ਦਾ ਮੋਹ ਹੈ ਉੱਥੇ ਹੀ ਦੁੱਖ ਹੈ ਜਿੱਥੇ ਮਮਤਾ ਹੈ ਪਰਮੇਸ਼ਰ ਦੇ ਪਿਆਰਿਆਂ ਦੀ ਮਮਤਾ ਹੈ ਹੀ ਨਹੀਂ ਕਦੇ ਉਹਨਾਂ ਜਿੰਨਾ ਮੋਹ ਸੀ ਕੱਢ ਕੇ ਰੱਬ ਵਾਲੇ ਪਾਸੇ ਲਾਤਾ ਦੁਨੀਆ ਵੱਲੋਂ ਤੋੜ ਕੇ ਇਸ ਕਰਕੇ ਉਹਨਾਂ ਨੂੰ ਹੁਣ ਜੇ ਵਾਹਿਗੁਰੂ ਦਾ ਨਾਮ ਨਾਂ ਚ ਇਤੇ ਆਵੇ ਤੇ ਦੁੱਖ ਜੇ ਪਰਮਾਤਮਾ ਦੇ ਦਰਸ਼ਨ ਨਾ ਹੋਣ ਤੇ ਉਹ ਫਿਰ ਤਰਲੇ ਮਾਰਦੇ ਆ ਵਿਰਾਗ ਕਰਦੇ ਆ ਦੁਨੀਆ ਵਾਸਤੇ ਨਹੀਂ ਜਿਵੇਂ ਮਹਾਰਾਜ ਜੀ ਵੀ ਕਹਿੰਦੇ ਨਾ ਵੀ ਆਖਾਂ ਜੀਵਾ ਬਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਂ ਤਾਂ ਐਸੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਬਹੁਤ ਜਨਮ ਬਿਸਰੇ ਤੇ ਮਾਦ ਉਹ ਜਨਮ ਤੇ ਮਾਰੇ ਲੇਖੇ ਕਹਿ ਰਵਦਾਸ ਆਸ ਲੱਗ ਜੀ ਵੋ ਚਿਰ ਭਇਓ ਦਰਸਨ ਦੇਖੈ ਜਿੱਥੇ ਮੋਹ ਹੈ ਉੱਥੇ ਹੀ ਦੁੱਖ ਹੈ ਨਾਮ ਨਾ ਜਪਿਆ ਜਾਵੇ ਤੇ ਦੁੱਖ ਹੈ ਸੇਵਾ ਨਾ ਕੀਤੀ ਜਾਵੇ ਤੇ ਦੁੱਖ ਹੈ ਸਾਡਾ ਦੁੱਖ ਕਿੱਦਾਂ ਦਾ ਕੰਮ ਨਾ ਚੱਲੇ ਤੇ ਦੁਖੀ ਆ ਪੈਸਾ ਨਾ ਆਵੇ ਤੇ ਦੁਖੀ ਆ ਸਾਡਾ ਦੁੱਖ ਇਹ ਤੇ ਕੋਲੋਤਾ ਹੈ ਆ ਭਗਤਾਂ ਦੇ ਸੰਤਾਂ ਦੀ ਨਿਸ਼ਾਨੀ ਕੀ ਹੈ ਉਹਦਾ ਉਹਨਾਂ ਦਾ ਮੋਹ ਪਰਮੇਸ਼ਰ ਨਾਲ ਹੈ ਮੰਨ ਲਓ ਤੁਸੀਂ ਇੱਕ ਉਦਾਹਰਨ ਬੜੀ ਸੋਹਣੀ ਇੱਥੇ ਲੱਗੇਗੀ ਵੀ ਜਿਵੇਂ ਕੋਈ ਮਕਾਨ ਸਾਡਾ ਕੋਠੀ ਆ ਸਾਡੀ ਅਸੀਂ ਉਹ ਉਹਦੇ ਵਿੱਚ ਰਹਿੰਦੇ ਆ ਤੇ ਜੇ ਕੋਈ ਬੰਦਾ ਉਹਦੀ ਇੱਟ ਇੱਕ ਵੀ ਦੇੜੇ ਕੰਧ ਦੀ ਗੱਲ ਛੱਡੋ ਇੱਕ ਇੱਟ ਨੂੰ ਵੀ ਨੁਕਸਾਨ ਕਰੇ ਤੇ ਸਾਨੂੰ ਦੁੱਖ ਆਉਂਦਾ ਇਹ ਮੇਰਾ ਘਰ ਮੇਰਾ ਮਕਾਨ ਤੂੰ ਕਿਉਂ ਇਹਦੀ ਇੱਟ ਕੱਢੀ ਐ ਹੁਣ ਉਸੇ ਬੰਦੇ ਨੇ ਕੀ ਕੀਤਾ ਜਿਹਦਾ ਮਕਾਨ ਸੀ ਹੁਣ ਉਹਦਾ ਮੋਹ ਕਿੱਥੇ ਆ ਮਕਾਨ 'ਚ ਹੁਣ ਉਹਨੇ ਕੀ ਕੀਤਾ ਉਸ ਮਕਾਨ ਨੂੰ ਵੇਚਦਾ ਤੇ ਜਿੰਨੇ ਖਰੀਦਿਆ ਉਹਨੇ ਚੈੱਕ ਕੱਟ ਕੇ ਦੇਤਾ 10 ਲੱਖ 15 ਲੱਖ 20 ਲੱਖ 25 ਲੱਖ 30 ਲੱਖ ਜਿੰਨੀ ਵੀ ਮਕਾਨ ਦੀ ਵੈਲਿਊ ਮੋਲ ਹੁਣ ਉਹ ਜਿਹੜਾ ਮਕਾਨ ਉਹਨੇ ਵੇਚਦਾ ਵਾ ਉਹਦੀ ਏਕਟ ਦੀ ਗੱਲ ਛੱਡੋ ਭਾਵੇਂ ਸਾਰੀ ਕਾਂਦੀ ਡਿੱਗ ਪਈ ਉਹਨੂੰ ਕੋਈ ਦੁੱਖ ਨਹੀਂ ਕਹਿੰਦਾ ਅਸੀਂ ਤਾਂ ਵੇਚਤਾ ਹੁਣ ਉਹਦਾ ਮੋਹ ਕਿੱਥੇ ਚਲੇ ਗਿਆ ਉਹ ਜਿਹੜਾ ਕਾਗਜ਼ ਆ ਨਾ ਜਿਹਨੂੰ ਚੈੱਕ ਕਹਿੰਨੇ ਆਪਾਂ 20 ਲੱਖ ਦਾ ਚੈੱਕ ਆ 25 ਲੱਖ ਦਾ ਚੈੱਕ ਆ ਉਹਦੇ ਚ ਮੋਹ ਚਲੇ ਗਿਆ ਹੁਣ ਉਹਨੇ ਕੀ ਕੀਤਾ ਉਹ ਜਿਹੜਾ ਚੈੱਕ ਸੀ ਉਹ ਲੈ ਕੇ ਉਹਨੇ ਬੈਂਕ 'ਚ ਜਮ੍ਹਾਂ ਕਰਾਤਾ ਹੁਣ ਉਹਨੂੰ ਉਸ ਚੈੱਕ ਦੀ ਵੀ ਕੋਈ ਟੈਨਸ਼ਨ ਨਹੀਂ ਉਹ ਚੈੱਕ ਭਾਵੇਂ ਪਾੜ ਜਾਵੇ ਉਹ ਚੈੱਕ ਭਾਵੇਂ ਕਾਗਜ਼ ਹੈ ਦੱਬ ਜਾਵੇ ਗਿੱਲਾ ਹੋ ਜਾਏ ਕਿਉਂ ਉਹਨੇ ਬੈਂਕ ਚ ਲਾਤਾ ਹੁਣ ਜਿਹੜੀ ਬੈਂਕ ਆ ਨਾ ਉਹਦਾ ਮੋਹ ਆ ਕਿਤੇ ਇਹ ਨਾ ਡੁੱਬ ਜੇ ਆ ਜਿੱਦਾਂ ਮੋਦੀ ਸਰਕਾਰ ਕਰਦੀ ਪਈ ਆ ਨਾ ਜੇ ਇਹਨਾਂ ਨੇ ਐਮਰਜੈਂਸੀ ਲਾਤੀ ਨਾ ਦੇਸ਼ ਦੇ ਵਿੱਚ ਤੇ ਜੇ ਤੁਸੀਂ 1 ਕਰੋੜ ਰੁਪਈਆ ਵੀ ਬੈਂਕ ਚ ਜਮ੍ਹਾਂ ਕਰਾਇਆ ਵਾ ਤਾਂ ਲੱਖ ਰੁਪਈਆ ਛੱਡ ਕੇ ਬਾਕੀ ਸਾਰੀ ਇਹ ਵਰਤ ਸਕਦੇ ਆ ਬਾਕੀ ਸਾਰੇ ਦੱਬ ਸਕਦੇ ਕਿਉਂ ਇਹ ਕਾਨੂੰਨ ਆ ਤੁਸੀਂ ਕਿਤੇ ਆਪਦੀਆਂ ਬੈਂਕ ਦੀਆਂ ਜਿਹੜੀਆਂ ਕਿਤਾਬਾਂ ਵਾਂ ਨਾ ਉਹਦੇ ਪਿੱਛੇ ਆਪਾਂ ਦੇ ਪੜਦੇ ਨਹੀਂ ਆ ਉਹਦੇ ਪਿੱਛੇ ਕੀ ਲਿਖਿਆ ਵੀ ਜੇ ਦੇਸ਼ 'ਚ ਐਮਰਜੈਂਸੀ ਲੱਗੇ ਪੈਸੇ ਦੀ ਐਮਰਜੈਂਸੀ ਦੇਸ਼ ਨੂੰ ਤੇਰੇ ਪੈਸੇ ਦੀ ਲੋੜ ਪੈ ਗਈ ਆ ਤਾਂ ਅਸੀਂ ਇਹਨੂੰ ਵਰਤ ਸਕਦੇ ਆ ਤੂੰ ਕੋਈ ਕੇਸ ਨਹੀਂ ਕਰ ਸਕਦਾ ਕੋਈ ਹੇਲ ਹੁਜਤ ਨਹੀਂ ਕਰ ਸਕਦਾ ਤੂੰ ਕੁਝ ਵੀ ਨਹੀਂ ਕਰ ਸਕਦਾ ਸਾਰੇ ਪੈਸੇ ਹੀ ਤੁਹਾਡੇ ਹੜੱਪ ਸਕਦੇ ਹੁਣ ਉਹਦਾ ਮੋਹ ਕਿੱਥੇ ਚਲੇ ਗਿਆ ਬੈਂਕ ਚ ਵੀ ਕਿਤੇ ਬੈਂਕ ਨਾ ਡੁੱਬ ਜੇ ਤਾਂ ਜਿੱਥੇ ਮੋਹ ਹੈ ਉੱਥੇ ਹੀ ਦੁੱਖ ਹੋਰ ਕਿਸੇ ਜਗ੍ਹਾ ਤੇ ਦੁੱਖ ਨਹੀਂ ਤਾਂ ਗੁਰਬਾਣੀ ਕੀ ਕਹਿੰਦੀ ਹੈ ਸੱਚੇ ਪਾਤਸ਼ਾਹ ਇਹ ਸੰਤਾਂ ਦੀਆਂ ਨਿਸ਼ਾਨੀਆਂ ਦੱਸਦੇ ਇੱਕ ਨਿਸ਼ਾਨੀ ਕੀ ਹੁੰਦੀ ਹੈ ਵੀ ਉਹਨਾਂ ਚ ਅਪਮਾਨ ਨਹੀਂ ਹੁੰਦਾ ਹੰਕਾਰ ਨਹੀਂ ਹੁੰਦਾ ਇਹ ਵੀ ਇੱਕ ਮਹਾਪੁਰਸ਼ਾਂ ਦੀ ਨਿਸ਼ਾਨੀ ਜਿਹੜੀ ਹੈ ਉਹ ਮੰਨੀ ਗਈ ਹੈ ਦੂਸਰਾ ਉਹਨਾਂ ਦੀ ਇੱਕ ਹੋਰ ਨਿਸ਼ਾਨੀ ਕੀ ਹੈ ਜੋ ਤਿਸ ਭਾਵੈ ਸਾਈ ਭਲੀਕਾਰ ਇਹ ਜੋ ਪਰਮੇਸ਼ਰ ਦੇ ਹੁਕਮ 'ਚ ਹੋ ਰਿਹਾ ਉਹ ਠੀਕ ਹੋ ਰਿਹਾ ਜਿਵੇਂ ਸੂਤਰ ਧਾਰ ਪੁਤਲੀ ਨੂੰ ਨਚਾਉਂਦਾ ਵਾ ਜਿਵੇਂ ਉਹ ਸੂਤਰ ਨੂੰ ਖਿੱਚਦਾ ਹੈ ਧਾਗੇ ਨੂੰ ਖਿੱਚਦਾ ਉਸੇ ਤਰ੍ਹਾਂ ਪੁਤਲੀ ਨੱਚਦੀ ਹੈ ਇਸੇ ਤਰ੍ਹਾਂ ਉਹ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹੀ ਸਭ ਕੁਝ ਸਮਝਦਾ ਹੈ ਇੱਕ ਨਿਸ਼ਾਨੀ ਸੰਤਾਂ ਦੀ ਕੀ ਹੁੰਦੀ ਹੈ ਵੀ ਉਹ ਆਪਣੇ ਆਪ ਨੂੰ ਹੀ ਸਮਝਾਉਂਦੇ ਨੇ ਆਪਣੇ ਆਪ ਨੂੰ ਹੀ ਸੁਣਾਉਂਦੇ ਨੇ ਉਹ ਪਹਿਲਾਂ ਆਪਣਾ ਜੀਵਨ ਸੁਧਾਰਦੇ ਨੇ ਆਪ ਜਪੈ ਅਵਰਹ ਨਾਮ ਜਪਾਂ ਫਿਰ ਉਹ ਹੋਰ ਕਿਸੇ ਦਾ ਜੀਵਨ ਸੁਧਾਰਨ ਵਾਲ ਧਿਆਨ ਦਿੰਦੇ ਨੇ ਜਿਵੇਂ ਮੌਲਾਨਾ ਰੂਮੀ ਸਾਹਿਬ ਜਿਨ੍ਹਾਂ ਦੀ ਬੜੀ ਪ੍ਰਸਿੱਧ ਸਾਖੀ ਅੱਗੇ ਵੀ ਕਈ ਵਾਰੀ ਜਿੱਤਰ ਕੀਤਾ ਆਮ ਬੰਦੇ ਦੀ ਨਿਸ਼ਾਨੀ ਕੀ ਆ ਉਹ ਦੂਜਿਆਂ ਨੂੰ ਸਮਝਾਉਂਦਾ ਹੈ ਦੂਜਿਆਂ ਨੂੰ ਮਤਾਂ ਦਿੰਦਾ ਹੈ ਸੰਤ ਦੀ ਨਿਸ਼ਾਨੀ ਕੀ ਆ ਪਰਮੇਸ਼ਰ ਦੇ ਪਿਆਰੇ ਦੀ ਨਿਸ਼ਾਨੀ ਕੀ ਹੈ ਉਹ ਆਪ ਕਰਦਾ ਹੈ ਤਾਂ مولانا ਰੂਮੀ ਸਾਹਿਬ ਕਹਿੰਦੇ ਜਦੋਂ ਨੌਜਵਾਨ ਸੀ ਉਹਨਾਂ ਨੇ ਖੁਦਾ ਅੱਗੇ ਅਰਦਾਸ ਕੀਤੀ ਬੇਨਤੀ ਕੀਤੀ ਕਿ हे ਖੁਦਾ ਮੈਨੂੰ ਇੰਨੀ ਤਾਕਤ ਦੇ ਕਿ ਮੈਂ ਦੁਨੀਆ ਬਦਲ ਸਕਾਂ ਕਹਿੰਦੇ ਖੁਦਾ ਨੇ ਕੋਈ ਜਵਾਬ ਹੀ ਨਾ ਦਿੱਤਾ ਫਿਰ ਜਦੋਂ ਅਧਖੜ ਉਹਨਾਂ ਦੀ ਉਮਰ ਹੋਈ ਤਾਂ ਉਹਨਾਂ ਨੇ ਖੁਦਾ ਅੱਗੇ ਦੁਆ ਕੀਤੀ ਬੇਨਤੀ ਕੀਤੀ ਅਰਦਾਸ ਕੀਤੀ ਕਿ हे ਖੁਦਾ ਮੈਨੂੰ ਇੰਨੀ ਤਾਕਤ ਦੇ ਕਿ ਮੈਂ ਆਪਣੇ ਪਰਿਵਾਰ ਨੂੰ ਬਦਲ ਸਕਾਂ ਖੁਦਾ ਨੇ ਫਿਰ ਕੋਈ ਜਵਾਬ ਨਾ ਦਿੱਤਾ ਅਖੀਰ ਜਦੋਂ ਬਿਰਤ ਹੋਏ ਤਾਂ ਉਹਨੇ ਅਰਦਾਸ ਕੀਤੀ ਕਿ हे खुदा ਮੈਨੂੰ ਹੁਣ ਇੰਨੀ ਤਾਕਤ ਦੇ ਕਿ ਆਪਣੇ ਆਪ ਨੂੰ ਹੀ ਬਦਲ ਸਕਾਂ ਤਾਂ ਕਹਿੰਦੇ ਖੁਦਾ ਹੱਸ ਪਿਆ ਕਿ हे ਰੂਮੀ ਹਾ ਹੀ ਅਰਦਾਸ ਜੇ ਜਵਾਨੀ ਵੇਲੇ ਕੀਤੀ ਹੁੰਦੀ ਤੇ ਕ੍ਰਾਂਤੀ ਨਾ ਆਉਂਦੀ ਬਦਲਾ ਨਾ ਆਉਂਦਾ ਸਾਰੀ ਦੁਨੀਆ ਇਸੇ ਝੰਡੜਚੀ ਫਸੀ ਫਿਰਦੀ ਹੈ ਪਤਨੀ ਚਾਹੁੰਦੀ ਹੈ ਵੀ ਮੇਰੇ ਅਨਸਾਰ ਪਤੀ ਬਦਲ ਜਾਏ ਉਹਨੋਂ ਨਵਾਂ ਤੇ ਫੈਕਟਰੀ ਚੋਂ ਬਣ ਕੇ ਨਹੀਂ ਆਉਣਾ ਵੀ ਜਿੱਤਾਂ ਦੇ ਤੂੰ ਕਹੇਂਗੀ ਉਦਾਂ ਦੇ ਵਿੱਚ ਫੰਕਸ਼ਨ ਹੋਣ ਘਰ ਵਾਲੇ ਦੇ ਉਹ ਤਾਂ ਜਿੱਦਾਂ ਦਾ ਰੱਬ ਨੇ ਉਹਦਾ ਸੁਭਾਅ ਬਣਾਇਆ ਉਦਾਂ ਦਾ ਹੀ ਰਹਿਣਾ ਪਤਨੀ ਚਾਹੁੰਦੀ ਹੈ ਵੀ ਪਤੀ ਮੇਰੇ ਅਨਸਾਰ ਮੇਰੀ ਇੱਛਾ ਅਨਸਾਰ ਵਰਗਾ ਹੋਵੇ ਪਤੀ ਚਾਹੁੰਦਾ ਹੈ ਵੀ ਪਤਨੀ ਮੇਰੀ ਇੱਛਾ ਅਨਸਾਰ ਹੋਵੇ ਇਸੇ ਤਰ੍ਹਾਂ ਮਾਂ ਪਿਓ ਚਾਹੁੰਦੇ ਨੇ ਕਿ ਬੱਚੇ ਸਾਡੇ ਅਨਸਾਰ ਬਦਲਣ ਬੱਚੇ ਕਹਿੰਦੇ ਨੇ ਮਾਂ ਪਿਓ ਸਾਡੇ ਅੱਖੇ ਨਹੀਂ ਲੱਗਦੇ ਸਾਰੀ ਉਮਰ ਇਸੇ ਜਦੋਜਹਿ ਚ ਲੰਘ ਜਾਂਦੀਏ ਦੂਜੇ ਨੂੰ ਬਦਲਦੇ ਵਿੱਚ ਸਾਰੀ ਉਮਰ ਹੀ ਲੰਘਾਈ ਹੈ ਦੂਜੇ ਦੇ ਧਿਆਨ ਦੇਣ ਚ ਸਾਰੀ ਉਮਰ ਲੰਗੀ ਹੈ ਪਰ ਸੰਤ ਕਿਦਾਂ ਦੇ ਨੇ ਜਿਹੜੇ ਆਪਣੇ ਆਪ ਨੂੰ ਬਦਲਦੇ ਨੇ ਜਿਵੇਂ ਮਹਾਰਾਜ ਕਹਿੰਦੇ ਨਾ ਵੀ ਮਨ ਜੀਤੈ ਜਗ ਜੀਤ ਜਾਂ ਪ੍ਰਥਮ ਮਨ ਪਰਬੋਧ ਹੈ ਆਪਣਾ ਪਾਛੇ ਅਵਰ ਰਿਝਾਵੇ ਤਾਂ ਇਹ ਕੁਝ ਸੰਤਾਂ ਦੀਆਂ ਨਿਸ਼ਾਨੀਆਂ ਨੇ ਵੀ ਉਹ ਕਲੰਕ ਤੋਂ ਬਿਨਾ ਨੇ ਪਰਮਾਤਮਾ ਦੇ ਪਿਆਰਿਆਂ ਦੀ ਨਿਸ਼ਾਨੀ ਕੀ ਹੈ ਬਿ ਕਲੰਕ ਤੋਂ ਬਿਨਾਂ ਜਾਂ ਬਹੁਤ ਥੋੜਾ ਬੋਲਣਾ ਇਹ ਵੀ ਉਹਨਾਂ ਦੀ ਨਿਸ਼ਾਨੀ ਹੈ ਤਾਂ ਇਹ ਕੁਝ ਨਿਸ਼ਾਨੀਆਂ ਗੁਰਬਾਣੀ ਦੇ ਜਦੋਂ ਆਪਾਂ ਦੂਸਰਾ ਅਰਥ ਕਰੀਏ ਤੀਸਰਾ ਅਰਥ ਕਰੀਏ ਤਾਂ ਇਸ ਤਰ੍ਹਾਂ ਫਿਰ ਮਹਾਪੁਰਸ਼ ਲਾ ਲੈਂਦੇ ਨੇ ਤਾਂ ਇਹ ਵਾਹਿਗੁਰੂ ਪਰਮੇਸ਼ਰ ਜੀ ਕਿ ਜਿਹੜੇ ਆਪ ਜੀ ਦੇ ਪਿਆਰੇ ਨੇ ਉਹਨਾਂ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਚੋਂ ਇੱਕ ਨਿਸ਼ਾਨੀ ਇਹ ਵੀ ਹੈ ਕਿ ਉਹ ਪਾਪ ਤੋਂ ਰਹਿਤ ਨੇ ਉਹ ਮਾੜੇ ਕਰਮ ਤੋਂ ਰਹਿਤ ਨੇ ਤੇ ਹੋਰ ਵੀ ਨਿਸ਼ਾਨੀਆਂ ਬੜੀਆਂ ਨੇ ਪਰ ਜਿਵੇਂ ਮੰਨ ਲਓ ਵੀ ਜਿਵੇਂ ਕਾਮੀ ਬੰਦੇ ਦੇ ਹਿਰਦੇ ਵਿੱਚ ਔਰਤ ਕਾਮ ਵਸਦਾ ਹੈ ਲੋਭੀ ਦੇ ਹਿਰਦੇ ਵਿੱਚ ਪੈਸਾ ਵਸਦਾ ਹੈ ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰਿਆਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਜੀ ਬਸਦੇ ਹਨ ਯੋ ਮੇ ਭਗਤ ਜੀ ਦਾ ਗੁਰਬਾਣੀ ਦੇ ਵਿੱਚ ਸ਼ਬਦ ਵੀ ਆਉਂਦਾ ਹੈ। ਜਾਂ ਸਤਿਗੁਰੂ ਜੀ ਦੇ ਸ਼ਬਦ ਵੀ ਬਾਣੀ ਦੇ ਵਿੱਚ ਆਉਂਦੇ ਨੇ ਜੈਸੇ ਭੁੱਖੇ ਪ੍ਰੀਤ ਅਨਾਜ ਤ੍ਰਿਖਾਵੰਤ ਜਲ ਛੇਤੀ ਕਾਰ। ਇਸ ਤਰ੍ਹਾਂ ਉਹਨਾਂ ਦੇ ਚਿੱਤ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਵਸਦਾ ਹੈ। ਤਾਂ ਗੁਰੂ ਕੇ ਪਿਆਰਿਆਂ ਦੀ ਮਹਾਂਪੁਰਸ਼ਾਂ ਦੀ ਨਿਸ਼ਾਨੀ ਕੀ ਹੈ? ਪਾਰ ਬ੍ਰਹਮ ਕੀ ਸਰਣੀ ਪਾਹੇ ਕੋਟ ਕਲੰਕ ਖਿੰਮੈ ਮੇੜਜੈ। ਉਹ ਆਪ ਵੀ ਪਵਿੱਤਰ ਹੋ ਜਾਂਦੇ ਨੇ ਤੇ ਹੋਰਾਂ ਨੂੰ ਵੀ ਉਹ ਪਵਿੱਤਰ ਕਰ ਲੈਂਦੇ ਹਨ ਨਮੋ ਰਾਜ ਰਾਜੇਸੁਰੰ ਪਰਮ ਰੂਪੇ ਹੋਰ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬੜੇ ਪ੍ਰੇਮ ਦੇ ਨਾਲ ਕਹਿੰਦੇ ਨੇ ਕਿ ਉਹਨਾਂ ਦੇ ਵਾਹਿਗੁਰੂ ਜੀ ਦੇ ਗੁਣ ਕਿ ਹੇ ਵਾਹਿਗੁਰੂ ਜੀ ਆਪ ਜੀ ਰਾਜਿਆਂ ਦੇ ਰਾਜੇ ਰਾਜ ਰਾਜੇ ਰਾਜ ਈਸ਼ਵਰ ਹੁਣ ਜਿਹੜੇ ਰਾਜਿਆਂ ਦੇ ਵੀ ਰਾਜੇ ਉਹਨਾਂ ਦੇ ਵੀ ਈਸ਼ਵਰ ਉਹਨਾਂ ਦੇ ਵੀ ਵੱਡੇ ਜਿਵੇਂ ਕਿਡੇ-ਕਡੇ ਬਾਦਸ਼ਾਹ ਹੋਏ ਨੇ ਕੰਸ ਵਰਗੇ ਰਾਵਣ ਵਰਗੇ ਕਿੰਨੇ-ਕਿੰਨੇ ਰਾਜੇ ਉਹਨਾਂ ਦੇ ਅਧੀਨ ਸੀ ਤੁਸੀਂ ਉਹਨਾਂ ਦੇ ਵੀ ਵੱਡਿਆਂ ਦੇ ਰਾਜਿਆਂ ਦੇ ਵੀ ਰਾਜਿਆਂ ਦੇ ਵੀ ਈਸ਼ਵਰ ਵੱਡੇ ਹੋ ਤੇ ਪਰਮ ਰੂਪੇ ਪਰਮ ਰੂਪੇ ਮੈਨੇ ਪਰਮ ਉਤਕ੍ਰਿਸ਼ਟ ਰੂਪੇ ਸੁੰਦਰਤਾ ਵਾਲੇ ਜਿੰਦਾ ਸੋਹਣਾ ਸਰੂਪ ਆਪ ਜੀ ਦਾ ਹੈ ਇੰਨਾ ਸੋਹਣਾ ਕੋਈ ਵੀ ਨਹੀਂ ਹੈ ਕਿਉਂ ਦੁਨਿਆਵੀ ਚੰਮ ਉੱਤੇ ਤੇ ਫਿਰ ਅਵਸਥਾ ਬਤੀਤ ਹੁੰਦੀ ਪਹਿਲਾਂ ਬਚਪਨ ਹੁੰਦਾ ਹੈ ਫਿਰ ਜਵਾਨੀ ਆ ਜਾਂਦੀ ਫਿਰ ਬੁਢੇਪਾ ਆ ਜਾਂਦਾ ਹੈ ਪਰ ਪਰਮੇਸ਼ਰ ਕਿਰਦਾ ਦਾ ਹੈ ਨਿਰਜੁਰ ਨਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਉਹ ਨਿਰਜਰ ਸਰੂਪ ਨੇ ਤੇ ਸੁੰਦਰਤਾ ਉਹਨਾਂ ਦੀ ਕਦੀ ਵੀ ਖਤਮ ਹੋਣ ਵਾਲੀ ਨਹੀਂ। ਜਾਂ ਫਿਰ ਇਹ ਅਕਾਲ ਪੁਰਖ ਆਪ ਰਾਜੇ ਰਾਜਿਆਂ ਦੇ ਵੀ ਰਾਜ ਰਾਜਾ ਹੋ ਤੇ ਤੇਰਾ ਰੂਪੇ ਜਿਹੜਾ ਸਰੂਪ ਹੈ ਉਹ ਸਵਰਗ ਸ੍ਰੇਸ਼ਟ ਤੋਂ ਵੀ ਪਰਮ ਸ੍ਰੇਸ਼ਟ ਹੈ। ਸੋਹਣਿਆ ਤੋਂ ਵੀ ਸੋਹਣਾ ਹੈ। ਸਾਵਲ ਸੁੰਦਰ RAMਈਆ ਮੇਰਾ ਮਨ ਲਾਗਾ ਤੋਹੇ। ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਰੂਪ ਹੁ ਕੋ ਰੂਪ ਸੁੰਦਰਤਾ ਦੀ ਵੀ ਆਪਜੀ ਸੁੰਦਰਤਾ ਹੋ ਆ ਐਸੇ ਸਰੂਪ ਨੂੰ ਸੱਚੇ ਪਾਤਸ਼ਾਹ ਕਹਿੰਦੇ ਨਮੋ ਨਮਸਕਾਰ ਹੈ ਨਮੋ ਜੋਗ ਜੋਗੇ ਸਵਰੰ ਪਰਮ ਸਿੱਧੇ ਨਮਸਕਾਰ ਹੈ ਕਿਸ ਵਾਹਿਗੁਰੂ ਨੂੰ ਜੋਗ ਯੋਗੀਆਂ ਦਾ ਵੀ ਯੋਗ ਜਿਹੜੇ ਵੱਡੇ ਯੋਗੀ ਨੇ ਉਹਨਾਂ ਦਾ ਵੀ ਜਿਹੜਾ ਈਸ਼ਵਰ ਹੈ ਵੱਡਾ ਹੈ ਹੁਣ ਯੋਗ ਜੋਗੀ ਜੋਗੇ ਪ੍ਰਧਾਨ ਯੋਗੀ ਉਹਨਾਂ ਦਾ ਵੀ ਈਸ਼ਵਰ ਕੌਣ ਹੈ ਵਾਹਿਗੁਰੂ ਮੈਨੇ ਵੀ ਜਿਹੜੇ ਗੋਰਖਨਾਥ ਜੀ ਨੇ ਮਸ਼ਿੰਦਰਨਾਥ ਜੀ ਨੇ ਇੱਕ ਤਾਂ ਯੋਗੀ ਆ ਨਾ ਜਿਹੜੇ ਕਰਮਾਂ ਦਾ ਫਲ ਭੋਗਤਦੇ ਵਿਦਿਆ ਮਾਰਤੰਡ ਸ੍ਰੀਮਾਨ ਬ੍ਰਹਮ ਗਿਆਨੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਕਹਿੰਦੇ ਹੁੰਦੇ ਸੀ ਵੀ ਜੋ ਆਪਣੇ ਜੋ ਕਮੰਡਲ ਮੋਢੇ ਭਾਰ ਜੋਗ ਨਹੀਂ ਇਹ ਕਰਮਾਂ ਦੀ ਮਾਰ ਵੀ ਜਿਹੜਾ ਮੋਢੇ ਤੇ ਡੰਡਾ ਜਿਹਾ ਰੱਖ ਕੇ ਤੇ ਦੋ ਝੋਲੇ ਜੇ ਟੰਗਣੇ ਇੱਕ ਚਾਟਾ ਪਾਇਆ ਹੋਣਾ ਇੱਕ ਜ ਸੱਪ ਸੁਭ ਚੁੱਕੇ ਫਿਰ ਨੇ ਇਹ ਜੋਗ ਥੋੜੀ ਹੈ ਇਹਦੇ ਕਰਮਾਂ ਦਾ ਫਾਲ ਆ ਵੀ ਪਿਛਲੇ ਜਨਮ ਦੇ ਵਿੱਚ ਕੋਈ ਮਾੜੇ ਕਰਮ ਕੀਤੇ ਸੀ ਇਸ ਕਰਕੇ ਰੱਬ ਨੇ ਇੰਨਾ ਭਾਰ ਪਾਇਆ ਵੀ ਸਾਰੀ ਉਮਰ ਚੋਕੇ ਤੁਰਿਆ ਫਿਰ ਕਦੀ ਉਸ ਗਲੀ ਕਦੀ ਉਸ ਗਲੀ ਕਦੀ ਕਿਸੇ ਘਰੋਂ ਆਟਾ ਮੰਗ ਕਦੀ ਕਿਸੇ ਘਰੋਂ ਆਟਾ ਮੰਗ ਤਾਂ ਜਿਹੜੇ ਅਸਲੀ ਜੋਗੀ ਰੱਬ 'ਚ ਜੁੜੇ ਹੋਏ ਜੋਗੀ ਜਿਨ੍ਹਾਂ ਨੇ ਦਸ਼ਮ ਦਵਾਰ ਦੇ ਵਿੱਚ ਨਿਵਾਸ ਕੀਤਾ ਇਹੋ ਜਿਹੇ ਜੋਗੀ ਉਹਨਾਂ ਦੇ ਵੱਡੇ ਜੋਗੀ ਕੌਣ ਗੋਰਖਨਾਥ ਜੀ ਮਸ਼ਿੰਦਰਨਾਥ ਜੀ ਉਹਨਾਂ ਦਾ ਵੀ ਵੱਡਾ ਕੌਣ ਹੈ ਉਹਨੇ ਈਸ਼ਵਰ ਵਾਹਿਗੁਰੂ ਪਰਮੇਸ਼ਰ ਜਿਹੜਾ ਸਭ ਤੋਂ ਵੱਡਾ ਜੋਗੀ ਕਿਉਂ ਵੱਡਾ ਹੈ ਪਰਮ ਸਿੱਧੇ ਉਹਦੇ ਵਿੱਚ ਜਿਹੜੀਆਂ ਸਿੱਧੀਆਂ ਨੇ ਉਹ ਪਰਮ ਸਭ ਤੋਂ ਉਤਕ੍ਰਿਸ਼ਟ ਨੇ ਉਹਦੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਤਾਕਤਾਂ ਅੱਗੇ ਕਿਸੇ ਵੀ ਜੋਗੀ ਦੀ ਸਿੱਧੀ ਨਹੀਂ ਆ ਥੋੜੀਆਂ ਤਾਕਤਾਂ ਦੇ ਮਾਲਕ ਨੇ ਤੇ ਉਤਕ੍ਰਿષ્ટ ਸਿੱਧੀਆਂ ਹਮੇਸ਼ਾ ਰਹਿਣ ਵਾਲੀਆਂ ਤਾਕਤਾਂ ਵਾਹਿਗੁਰੂ ਦੇ ਵਿੱਚ ਇਸ ਕਰਕੇ ਮਹਾਰਾਜ ਲਿਖਦੇ ਨੇ ਰਾਜਨ ਕੇ ਰਾਜਾ ਮਹਾ ਸਾਜ ਹੋ ਕੇ ਸਾਜਾ ਮਹਾ ਜੋਗ ਹੋ ਕੋ ਜੋਗ ਹੈ ਤਰਯਾ ਦਰਮਸ਼ਾਲਕੇ ਕਿ ਹੈ ਵਾਹਿਗੁਰੂ ਤੂੰ ਤੇ ਜੋਗੀਆਂ ਦਾ ਵੀ ਜੋਗੀ ਜਾਂ ਫਿਰ ਪਰਮ ਸਿੱਧੀਆਂ ਉਹ ਕੀ ਵੀ ਸਿੱਧਨ ਮੈਂ ਤੇਰੀ ਪ੍ਰਭ ਸਿੱਧਾ ਕਰਮਨ ਸਿਰ ਕਰਮਾ ਆਗਿਆ ਮੈਂ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾ ਕਿ ਆਪ ਜੀ ਵਰਗੀਆਂ ਤਾਕਤਾਂ ਕਿਸੇ ਹੋਰ ਦੇ ਵਿੱਚ ਨਹੀਂ ਹਨ ਇਸ ਕਰਕੇ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਨਮੋ ਨਮਸਕਾਰ ਹੈ ਕਈ ਮਹਾਤਮਾ ਹੁੰਦੇ ਆ ਉਹਨਾਂ ਦੇ ਤਪ ਦਾ ਬੜਾ ਬਾਲ ਹੁੰਦਾ ਹੈ ਜਿਵੇਂ ਹਰੀ ਨਾਰਾਇਣ ਉਪਦੇਸ਼ ਦੇ ਵਿੱਚ ਸੰਤ ਜੀ ਲਿਖਦੇ ਨੇ ਮਹਾਪੁਰਸ਼ ਲਿਖਦੇ ਨੇ ਵੀ ਇੱਕ ਮਹਾਤਮਾ ਡਾਕਟਰ ਭਾਈ ਵੀਰ ਸਿੰਘ ਜੀ ਨੇ ਵੀ ਸੰਤਾਂ ਦੇ ਜੀਵਨਾ ਵਿੱਚ ਲਿਖਿਆ ਹੈ ਵੀ ਕਈ ਮਹਾਤਮਾ ਏਡੇ ਸਿੱਧ ਹੋਏ ਕਿ ਜੇ ਉਹਨਾਂ ਨੇ ਫੁਰਨਾ ਕੀਤਾ ਵੀ ਨਦੀ ਦੇ ਵਿੱਚ ਹੱਥ ਨਹੀਂ ਧੋਣੇ ਜਿੱਥੇ ਮੈਂ ਬੈਠਾ ਵਾਂ ਇੱਥੇ ਹੀ ਪਾਣੀ ਚੱਲੇ ਪ੍ਰਗਟ ਹੋਵੇ ਤਾਂ ਉੱਥੇ ਉਹ ਪਾਣੀ ਪ੍ਰਗਟ ਹੋ ਗਿਆ ਉਹਦੇ ਵਿੱਚ ਉਹ ਕਿਰਿਆ ਵਾਲੇ ਹੱਥ ਧੋ ਲੈਣੇ ਤੇ ਨਦੀ ਦੇ ਵਿੱਚ ਇਸ਼ਨਾਨ ਕਰਨਾ ਕਿਉਂ ਉਹਨਾਂ ਦੇ ਮਨ ਦੀ ਭਾਵਨਾ ਸੀ ਵੀ ਜਿੱਥੇ ਇਸ਼ਨਾਨ ਕਰੀਏ ਉੱਥੇ ਹੀ ਹੱਥ ਤੋਂ ਇਹ ਆਦਿਕ ਕਿਉਂਕਿ ਦੇਹੀ ਦਾ ਸੁਭਾਅ ਇਹ ਨੇ ਉਹ ਪਵਿੱਤਰ ਤੇ ਹੋਣਾ ਹੀ ਆ। ਸਰੀ ਬਸਤਰਾਂ ਨੂੰ ਵੀ ਸਾਫ਼ ਕਰਨਾ ਦੇਹੀ ਦੇ ਵੀ ਪਵਿੱਤਰ ਹੋਣਾ ਹੈ। ਤਾਂ ਉਹਨਾਂ ਦੇ ਮਨ ਦੇ ਵਿੱਚ ਜੇ ਫੁਰਨਾ ਹੀ ਆ ਗਿਆ ਵੀ ਉੱਥੇ ਨਦੀ ਦੇ ਵਿੱਚ ਨਹੀਂ ਮੈਂ ਜਾ ਕੇ ਹੱਥ ਧੋਣੇ, ਕੱਪੜੇ ਧੋਣੇ। ਇੱਥੇ ਵੱਖਰਾ ਪਾਣੀ ਹੋਣੀ। ਤਾਂ ਉਥੋਂ ਪਾਣੀ ਦੀ ਧਾਰਾ ਫੁੱਟ ਗਈ। ਪਰ ਜਿੰਨਾ ਚਿਰ ਉਹਨਾਂ ਦਾ ਸਰੀਰ ਰਿਹਾ ਉਹਨਾਂ ਜਰ ਤੇ ਚੱਲਦੀ ਰਹੀ ਜਿੱਦਣ ਉਹਨਾਂ ਦਾ ਸਰੀਰ ਸ਼ਾਂਤ ਹੋ ਗਿਆ ਉਹ ਦਿਨ ਖਤਮ ਹੋ ਗਿਆ। ਪਰ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਨੇ ਆਖਿਆ ਵੀ ਇੱਥੋਂ ਪਾਣੀ ਨਿਕਲੇ ਉੱਥੇ ਅੱਜ ਵੀ ਚੱਲਦਾ ਪੰਜਾ ਸਾਹਿਬ ਜਿੱਥੇ ਦਸਵੇਂ ਪਾਤਸ਼ਾਹ ਨੇ ਨੀਜਾ ਮਾਰਿਆ ਗੁਰੂ ਕੇ ਲਾਹੌਰ ਵੀ ਇੱਥੋਂ ਜਲ ਪ੍ਰਗਟ ਹੋਵੇ ਜਾਂ ਕਿਤੇ ਬਚਨ ਕੀਤਾ ਤਰਬੇਣੀ ਪ੍ਰਗਟ ਹੋਵੇ ਉੱਥੇ ਜਲ ਅੱਜ ਵੀ ਚੱਲਦਾ ਹੈ ਯੋਗੀਆਂ ਦੇ ਵਿੱਚ ਸਿੱਧੀਆਂ ਤੇ ਨੇ ਪਰ ਓਡੀਆਂ ਵੱਡੀਆਂ ਸਿੱਧੀਆਂ ਨਹੀਂ ਜਿੰਨੀਆਂ ਵੀ ਈਸ਼ਵਰ ਦੇ ਵਿੱਚ ਹੁੰਦੀਆਂ ਹਨ ਇਸ ਕਰਕੇ ਹੇ ਵਾਹਿਗੁਰੂ ਜੀ ਆਪ ਤੇ ਪਰਮ ਸਿੱਧ ਹੋ। ਉਤਕ੍ਰਿਸ਼ਟ ਤਾਕਤਾਂ ਵਾਲੇ ਉਹ ਤੁਹਾਡੀਆਂ ਤਾਕਤਾਂ ਮੁੱਕ ਨਹੀਂ ਸਕਦੀਆਂ ਖਤਮ ਨਹੀਂ ਹੋ ਸਕਦੀ। ਹੁਣ ਕੋਈ ਦੁਨੀਆ 'ਚ ਇਹੋ ਜਿਹਾ ਜੋਗੀ ਹੋਇਆ ਜਿਨ੍ਹਾਂ ਨੇ ਨਦੀ ਖਿੱਚ ਕੇ ਲੈ ਆਂਦੀ ਹੈ। ਇੱਧਰ ਜੋਪੀ ਦੇ ਵਿੱਚ ਜਾਓ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਇਦਾਂ ਦਾ ਸਥਾਨ ਹੈ ਭਾਈ ਮਰਦਾਨੇ ਨੂੰ ਕਹਿੰਦੇ ਸਿੱਧਾਂ ਨਾਲ ਚਰਚਾ ਹੋਈ। ਉਹਨਾਂ ਆਖਿਆ ਜੀ ਜਾਲ ਇੱਥੇ ਲਿਆਓ। ਮਹਾਰਾਜ ਕਹਿੰਦੇ ਭਾਈ ਵਾਲੇ ਮਰਦਾਨੇ ਸਾਹਿਬ ਨੂੰ ਵੀ ਐ ਕਰੋ ਆ ਸਾਡੇ ਹੱਥ ਦੀ ਛੜੀ ਜਾਂ ਛੋਟੀ ਖੁੰਡੀ ਲੈ ਜਾਓ ਤੇ ਪਛਾਣ ਨੂੰ ਨਹੀਂ ਲੈਖਣਾ ਤੇ ਨਦੀ ਨੂੰ ਕਹੋ ਪਿਛੇ-ਪਿਛੇ ਤੁਰੀ ਆ ਉਹ ਤੁਸੀਂ ਅੱਜ ਵੀ ਜਾ ਕੇ ਦੇਖ ਸਕਦੇ ਹੋ ਗੁਰੂ ਘਰ ਕੋਈ ਅਤ ਕਥਨੀ ਨਹੀਂ ਆਪ ਅੱਖਾਂ ਨਾਲ ਜਾ ਕੇ ਦੇਖੋ ਤਾਂ ਜਿੱਥੋਂ ਤੱਕ ਉਹਨਾਂ ਨੇ ਨਹੀਂ ਵੇਖਿਆ ਪਿਛੇ ਤੱਕ ਉਥੇ ਤੱਕ ਤੁਰੀ ਆਈ ਆਪਣਾ ਥਾਂ ਛੱਡ ਗਈ ਜਿੱਥੇ ਵੇਖ ਲਿਆ ਉੱਥੇ ਹੀ ਖੜ ਗਈ ਤਾਂ ਜਿਹੜੀ ਉਤਕ੍ਰਿਸ਼ਟ ਸਿੱਧੀ ਹੈ ਪਰਮ ਸਿੱਧੀ ਹੈ ਵੱਡੀ ਤਾਕਤ ਹੈ ਉਹ ਸਿਰਫ ਤੇ ਸਿਰਫ ਈਸ਼ਵਰ ਵਿੱਚ ਹੈ ਵਾਹਿਗੁਰੂ ਵਿੱਚ ਹੈ ਇਸ ਕਰਕੇ ਮਹਾਰਾਜ ਕਹਿੰਦੇ ਨਮੋ ਨਮਸਕਾਰ ਹੈ ਆਪ ਜੀ ਨੂੰ ਆਪ ਪਰਮ ਸਿੱਧੀਆਂ ਵਾਲਿਓ ਸਿਧਨ ਮਹਿ ਤੇਰੀ ਪ੍ਰਭ ਸਿਧਾ ਕਰਮਨ ਸਿਰ ਕਰਮਾ ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾ ਐਸੇ ਵਾਹਿਗੁਰੂ ਜੀ ਨੂੰ ਨਮਸਕਾਰ ਹੈ ਨਮੋ ਰਾਜ ਰਾਜੇਸਵਰੰ ਪਰਮ ਬ੍ਰਿਧੇ ਇਹ ਅਕਾਲ ਪੁਰਖ ਜੀ ਆਪ ਰਾਜਿਆਂ ਦੇ ਰਾਜਾ ਹੈ ਅੱਗੇ ਕੀ ਆ ਰਾਜੇਸਵਰੰ ਈਸ਼ਵਰ ਜਿਹੜੇ ਰਾਜਿਆਂ ਦੇ ਰਾਜੇ ਉਹਨਾਂ ਦੇ ਵੀ ਈਸ਼ਰ ਵੱਡੇ ਰਾਜਾ ਤੇ ਪਰਮ ਬ੍ਰਿਧੇ ਬਹੁਤੇ ਵਿਸਤਾਰ ਵਾਲੇ ਪਸਾਰੇ ਵਾਲੇ ਬڑا ਵੱਡਾ ਆਪਜੀ ਦਾ ਰਾਜ ਭਾਗ ਹੈ ਬڑا ਵੱਡਾ ਪਸਾਰਾ ਹੈ ਹੁਣ ਕਿੰਨੇ ਬ੍ਰਹਿਮੰਡ ਹੋਣਗੇ ਕੋਈ ਗਿਣਤੀ ਨਹੀਂ ਅਨੰਤ ਹੀ ਹੈ ਇੱਡੇ ਵੱਡੇ ਬ੍ਰਹਿਮੰਡਾਂ ਦੇ ਵਿੱਚ ਉਹਨਾਂ ਬ੍ਰਹਿਮੰਡਾਂ ਨੂੰ ਆਪਣੇ ਹੁਕਮ ਚ ਰੱਖਣਾ ਆਪਣੀ ਆਗਿਆ ਦੇ ਵਿੱਚ ਚਲਾਉਣਾ ਤਾਂ ਇਸ ਕਰਕੇ ਬਹੁਤੇ ਵਿਸਥਾਰ ਵਾਲੇ ਉਹ ਪਸਾਰੇ ਵਾਲੇ ਹੋ ਸਤਿਗੁਰੂ ਵੀ ਬਾਣੀ ਵਿੱਚ ਕਹਿੰਦੇ ਪੰਜਵੇਂ ਪਾਤਸ਼ਾਹ ਰਾਜਨ ਮਹਿਤੂ ਰਾਜਾ ਕਹੀਏ ਭੂਮਨ ਮਹਿਪੂਮਾ ਠਾਕੁਰ ਮੈਂ ਠੁਕਰਾਈ ਤੇਰੀ ਕੋਮਨ ਸਿਰ ਕਉਮਾ ਜਾਂ ਗਿਆਨ ਪ੍ਰਬੋਧ ਚ ਮਹਾਰਾ ਕਹਿੰਦੇ ਨਾ ਸਾਹਾਨ ਸਾਹਿਬ ਸੁਗਰ ਅਤ ਪ੍ਰਤਾਪ ਸੁੰਦਰ ਸੁਬਲ ਰਾਜਾਨ ਰਾਜ ਸਾਹਿਬ ਸੁਬਲ ਅਮਿਤ ਤੇਜ ਅਸ਼ੈ ਅਛਾ ਆਪ ਜੀ ਵਰਗਾ ਬਲ ਕਿਸੇ ਵਿੱਚ ਨਹੀਂ ਕਾ ਇਸ ਕਰਕੇ हे ਸੱਚੇ ਪਾਤਸ਼ਾਹ ਬਹੁਤੇ ਵੱਡੇ ਵਿਸਤਾਰ ਵਾਲੇ ਬਾਦਸ਼ਾਹ ਤੁਸੀਂ ਆਪ ਜੀ ਨੂੰ ਨਮੋ ਨਮਸਕਾਰ ਹੈ ਨਮੋ ਸ਼ਸਤਰ ਪਾਣੇ ਨਮਸਕਾਰ ਹੈ ਜਿਹੜਾ ਸ਼ਸਤਰਾਂ ਨੂੰ ਪਾਣੇ ਹੱਥਾਂ ਵਿੱਚ ਧਾਰਨ ਕਰਨ ਵਾਲਾ ਹੈ ਹੁਣ ਇਹ ਬਾਣੀ ਕੌਣ ਲਿਖ ਸਕਦਾ ਹੈ ਜਿਨ੍ਹਾਂ ਨੇ ਹੱਥਾਂ 'ਚ ਸ਼ਸਤਰ ਫੜਾਉਣੇ ਸੀ ਕਿਉਂ ਇਹ ਜਿਹੜੀ ਹਿੰਦੁਸਤਾਨ ਜਨਤਾ ਸੀ ਇਹ ਤਾਂ ਬਹੁਤ ਜ਼ਿਆਦੀ ਕਮਜ਼ੋਰ ਤੇ ਕਮਦਲੀ ਹੋ ਚੁੱਕੀ ਸੀ ਕਲਗੀ ਧਰਦਾ ਜਿਹੜਾ ਪ੍ਰਮਾਤਮਾ ਹੈ ਵਾਹਿਗੁਰੂ ਹੈ ਉਹ ਆਪ ਸ਼ਸਤਰ ਧਾਰੀ ਆ ਉਹ ਸ਼ਕੀਨ ਆ ਹੱਥਾਂ 'ਚ ਸ਼ਸਤਰ ਰੱਖਣ ਵਾਲਾ ਤਾਂ ਨਮੋ ਸ਼ਸਤਰ ਪਾਣੇ ਜਿਹਦੇ ਹੱਥ ਦੇ ਵਿੱਚ ਸ਼ਸਤਰ ਪਾਣੇ ਧਾਰਨ ਕੀਤੇ ਹੋਏ ਨੇ ਉਹਨੂੰ ਮੇਰੀ ਨਮਸਕਾਰ ਹੈ ਕਲਗੀ ਧਰਦਾ ਰੱਬ ਵੀ ਸ਼ਸਤਰ ਧਾਰੀ ਹੈ ਸੂਰਬੀਰ ਹੈ ਯੋਧਾ ਹੈ ਜੇ ਮਾਰੇ ਕਹਿੰਦਾ ਨਾ ਸ੍ਰੀ ਅਸਤੋਜ ਜਪ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਦ ਕਾਲਾ ਇਹ ਅਸਤੋਜ ਕੀ ਹੈ ਜਾਂ ਖੜਗਕੇਤ ਮੈਂ ਸਰਨ ਧਿਆਰੀ ਇਹ ਖੜਗਕੇਤ ਕੀ ਹੈ ਸ਼ਸਤਰਾਂ ਦੇ ਧਾਰਨ ਕਰਨ ਵਾਲਾ ਹੈ ਤਾਂ ਸਤਿਗੁਰੂ ਜੀ ਦਾ ਰੱਬ ਕਿਦਾਂ ਦਾ ਹੈ ਕਿਰਪਾਨ ਪਾਣ ਧਾਰੀਆਂ ਕਰੋੜ ਪਾਪ ਟਾਰੀਆਂ ਗਦਾ ਗ੍ਰਿਸ਼ਟ ਪਾਣੀਆਂ ਕਮਾਣ ਮਾਣ ਤਾਣੀਆਂ ਸਤਿਗੁਰੂ ਤੇ ਕਹਿੰਦੇ ਜਿਨਨੇ ਕਿਰਪਾਨ ਪਾਣ ਧਾਰਨ ਕੀਤੀ ਹੋਈ ਜਿਹੜਾ ਵਾਹਿਗੁਰੂ ਕਰੋੜਾਂ ਪਾਪਾਂ ਨੂੰ ਕੱਟਣ ਵਾਲਾ ਹੈ ਸਤਿਗੁਰੂ ਜੀ ਦਾ ਵਾਹਿਗੁਰੂ ਵੀ ਸ਼ਸਤਰ ਧਾਰੀ ਆ ਚਤੁਰਵਾਹ ਚਾਰ ਅੰਗ ਕ੍ਰੀਟੰਗ ਸੁਧਾਰੰ ਹੁਣ ਕਿੰਨੇ ਨੇ ਦਸਮ ਦੇ ਵਿੱਚ ਪ੍ਰਮਾਣ ਉਦਾਹਰਣ ਦੇ ਤੌਰ ਤੇ ਸੋ ਆਦ ਅੰਤ ਇਕ ਅੰਗ ਧਰੇ ਸਰੂਪ ਅਨੇਕ ਅੰਗ ਕਿਰਪਾਨ ਪਾਣ ਰਾਜੇ ਬਲੋਗ ਪਾਪ ਭਜ ਜਿਹੜਾ ਸ਼ਸਤਰ ਨੂੰ ਧਾਰਨ ਕਰਨ ਵਾਲਾ ਹੈ ਜਿਹਦੇ ਦਰਸ਼ਨ ਕੀਤੇ ਆ ਹੀ ਪਾਪ ਭਜ ਜਾਂਦੇ ਆ दुष्ट ਭਾਜ ਜਾਂਦੇ ਨੇ ਸ਼ਸਤਰ ਨੂੰ ਦੇਖਿਆ ਤਾਂ ਐਸੇ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਨਮੋ ਨਮਨਸਕਾਰ ਹੈ ਨਮੋ ਅਸਤਰ ਮਾਣੇ ਮਾਣੇ ਮੈਨੇ ਸਤਕਾਰ ਕਰਨਾ ਮਾਣ ਕਰਨਾ ਨਮਸਕਾਰ ਹੈ ਜਿਹੜਾ ਸ਼ਸਤਰਾਂ ਦਾ ਮਾਣ ਕਰਦਾ ਹੈ ਸਤਕਾਰ ਕਰਦਾ ਹੈ ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮ ਜਿਤੇ ਅਸਤਰ ਭਿੰਗ ਨਮਸਕਾਰ ਤੇਨ ਧਾਰਮਿਕ ਗ੍ਰੰਥਾਂ ਦੇ ਵਿੱਚ ਸ਼ਾਸਤਰ ਦੀ ਬੜੀ ਵੱਡੀ ਮਹਿਮਾ ਲਿਖੀ। ਜੇ ਪੁਰਾਣੇ ਗ੍ਰੰਥ ਵੇਖੀਏ ਤੇ ਉਹਨਾਂ ਦੇ ਵਿੱਚ ਵੀ ਜੇ ਸਿੱਖ ਇਤਿਹਾਸ ਦੇਖੀਏ ਤੇ ਉਹਨਾਂ ਦੇ ਵਿੱਚ ਵੀ ਉਦਾਹਰਣ ਦੇ ਤੌਰ ਤੇ ਜੇ ਪੁਰਾਣੇ ਗ੍ਰੰਥਾਂ ਦੀ ਸਾਖੀ ਲਈਏ ਤਾਂ ਅਸ਼ਵਧਾਮਾ ਸੈਨਾ ਭਜ ਰਹੀ ਹੈ। ਬڑے-ਬڑے ਸੂਰਮੇ ਵੀ ਭੱਜੇ ਜਾ ਰਹੇ ਨੇ ਉਹਨੇ ਪੁੱਛਿਆ ਵੀ ਏਡੇ ਵੱਡੇ ਸੂਰਮੇ ਕਰੋ ਇਹ ਭੱਜਣ ਦੀ ਕੀ ਗੱਲ ਹੈ ਬ੍ਰਾਹਮਣਾਂ ਦਾ ਲੜਕਾ ਸੀ ਪਰ ਹੈ ਬੜਾ ਸੂਰਮਾ ਵੈਸੇ ਇਹ ਗੱਲ ਏਡੀ ਹੁੰਦੀ ਨਹੀਂ ਵੀ ਬ੍ਰਾਹਮਣ ਵੀ ਹੋਵੇ ਤੇ ਸੂਰਮਾ ਵੀ ਹੋਵੇ ਬਹੁਤ ਘੱਟ ਹੁੰਦਾ ਪਰ ਹੈ ਬੜਾ ਸੂਰਮਾ ਫਿਰ ਤੁਸੀਂ ਏਡੀ ਵੱਡੀ ਫੌਜ ਏਡੇ ਵੱਡੇ ਯੋਧੇ ਭੱਜੀ ਕਿਉਂ ਜਾਂਦੇ ਹੋ ਤਾਂ ਕਿਰਪਾਚਾਰੀਏ ਨੇ ਆਖਿਆ ਵੀ ਤੇਰਾ ਪਿਤਾ ਜਿਹੜਾ ਦਰੋਣਾ ਚਾਰ ਗਿਆ ਉਹ ਮਾਰਿਆ ਗਿਆ। ਸਰੀਰ ਤਿਆਗ ਦਿੱਤਾ। ਉਹ ਕਹਿੰਦਾ ਉਹ ਤੇ ਮਰ ਨਹੀਂ ਸਕਦਾ। ਇਹੀ ਤੇ ਸਭ ਨੂੰ ਵਹਿਮ ਹੈ। ਤਾਂ ਕਹਿੰਦੇ ਧੋਖੇ ਦੇ ਨਾਲ ਉਹ ਮਾਰਿਆ ਗਿਆ। ਜਦੋਂ ਉਹਨੂੰ ਪਤਾ ਲੱਗਾ ਵੀ ਇੱਕ ਹਾਥੀ ਮਾਰ ਕੇ ਭੀਮ ਸੈਨ ਨੇ ਯੁਦਿਸ਼ਤਰ ਤੋਂ ਕਹਾ ਦਿੱਤਾ ਕਿ ਆਪ ਜੀ ਦਾ ਪੁੱਤਰ ਅਸ਼ਵਧਾਮਾ ਮਾਰਿਆ ਗਿਆ। ਉਹਨ ਪੁੱਤ ਮੋਹ ਕਿ ਟਾਂ ਹੰਦਾ ਦਰੋਣਾचार्य ਲੜੀ ਗਿਆ ਲੜੀ ਗਿਆ ਪਾਂਡਵਾ ਨੇ ਭਗਵਾਨ ਕ੍ਰਿਸ਼ਨ ਜੀ ਹਰ ਤਰ੍ਹਾਂ ਦੀ ਨੀਤੀ ਵਰਤ ਲੈਂਦੇ ਸੀ ਇਹਨੂੰ ਹਣ ਕਿਦੋਂ ਕਿਦਾਂ ਗਲਾਂ ਗਲੋਂ ਲਾਈ ਇੱਕ ਤੇ ਗੁਰੂ ਆ ਪਾਂਡਵਾ ਦਾ ਤੇ ਇੱਕ ਸੂਰਮਾ ਬੜਾ ਵੱਡਾ ਹੈ ਤਾਂ ਸਾਰਿਆਂ ਰਲ ਕੇ ਸਲਾਹ ਕੀਤੀ ਵੀ ਇੱਕ ਅਸ਼ਵਧਾਮਾ ਨਾਮ ਦਾ ਹਾਥੀ ਆ ਉਹਦਾ ਨਾਮ ਹੀ ਅਸ਼ਵਧਾਮਾ ਵਾਂ ਇਹਦੇ ਮੁੰਡੇ ਦਾ ਨਾਮ ਹੀ ਅਸ਼ਵਧਾਮਾ ਵਾਂ ਤੇ ਪੁੱਤ ਦਾ ਮੋਹ ਵੜਾ ਹੰਦਾ ਇਹ ਕਰਕੇ ਐਂ ਕਰੋ ਹਾਥੀ ਮਾਰ ਕੇ ਕਹਿ ਦੋ ਇਹ ਤੇ ਰੌਲਾ ਪਾ ਦੋ ਵੀ ਅਸ਼ਵਧਾਮਾ ਮਰ ਗਿਆ ਇਹ ਨਾ ਦੱਸੋ ਵੀ ਹਾਥੀ ਮਰ ਗਿਆ ਕੋ ਅਸ਼ਵਧਾਮਾ ਮਰ ਗਿਆ ਉਹ ਪੂਰੇ ਬੀਰਾਂ ਸੀ ਯੁੱਧ ਕਰ ਰਹੇ ਸੀ ਦਰੋਣਾਚਾਰੀਆ ਜੀ ਰੌਲਾ ਪਾਤਾ ਅਸ਼ਵਧਾਮਾ ਮਰ ਗਿਆ ਬਸ ਉੱਥੇ ਹੀ ਹਥਿਆਰ ਡਿੱਗ ਪਏ ਹੱਥੋਂ ਡਿੱਗ ਪਿਆ ਸਾਰਾ ਕੋ ਸੀ ਬਹਿ ਗਿਆ ਰਾਤੇ ਨਾਲ ਚੱਕਰ ਦੇ ਨਾਲ ਪਿੱਠ ਲਾ ਕੇ ਧੌਣ ਥਾਂ ਨੂੰ ਕਰਕੇ ਤੇ ਵਿਰਾਗ ਦੇ ਵਿੱਚ ਆ ਗਏ ਮਹਾਰਾਜ ਨੇ ਆਖਿਆ ਕੀ ਮੌਕਾ ਵੇਹਦੇ ਹੋ ਜਦੋਂ ਹਥਿਆਰ ਠਾਂਕੀ ਤੇ ਉਹਨਾਂ ਨੇ ਲਾਗੇ ਤੌਣ ਪਾਸੇ ਰੱਖ ਦਿੱਤੇ ਪਾਂਡਵਾਂ ਨੇ ਤਾਂ ਉਹ ਫਿਰ ਜਦੋਂ ਪਤਾ ਲੱਗਾ ਜਾਂ ਫਿਰ ਇਦਾਂ ਵੀ ਲਿਖਿਆ ਵਾ ਵੀ ਉਹਨੇ ਜਦੋਂ ਸ਼ਸਤਰ ਅਸਤਰ ਤਿਆਗੇ ਪਦਮ ਆਸਨ ਲਾ ਲਿਆ ਧਿਆਨ ਵਿੱਚ ਬਹਿ ਕੇ ਗੁਰੂ ਸੀ ਨਾ ਸੰਤ ਵੀ ਸੀ ਤਾਂ ਬਹੁਤੇ ਪੁਰਾਣੇ ਗ੍ਰੰਥ ਕਹਿੰਦੇ ਨੇ ਵੀ ਉਹ ਫਿਰ ਧਿਆਨ ਚ ਬਈ ਬਹਿ ਗਏ ਚੌਂਕੜਾ ਮਾਰ ਕੇ ਫਿਰ ਉਹਨਾਂ ਨੇ ਆਪਣੇ ਜਿਹੜੇ ਸਵਾਸ ਸੀ ਉਹ ਚੜਾਏ ਤੇ ਬ੍ਰਹਮ ਅੰਤਰ ਨਾੜੀ ਤੋੜ ਕੇ ਚੌਂਕੜਾ ਮਾਰ ਕੇ ਸਰੀਰ ਛੱਡ ਦਿੱਤੇ ਵੀ ਜੇ ਪੁੱਤ ਨਹੀਂ ਰਿਹਾ ਤੇ ਰਹਿਣਾ ਮੈਂ ਵੀ ਨਹੀਂ ਯੋਗੀ ਵੀ ਸੀ ਗੁਰੂ ਸੀ ਨਾ ਹਰ ਤਰ੍ਹਾਂ ਦੀ ਵਿਦਿਆ ਜਾਣਦਾ ਸੀ ਤਾਂ ਇਸ ਤਰ੍ਹਾਂ ਵੀ ਲਿਖਿਆ ਹੈ ਤਾਂ ਇਹ ਜਿਹੜੇ ਇਤਿਹਾਸ ਹੈ ਫਿਰ ਗੱਲ ਬੜੀ ਲੰਮੀ ਹੈ ਸੰਖੇਪ ਚ ਬੇਨਤੀ ਕਰਾਂ ਵੀ ਅਸ਼ਵਧਾਮਾ ਫਿਰ ਗੁੱਸੇ ਚ ਆਇਆ ਇਹਨਾਂ ਦੇ ਧੋਖੇ ਨਾਲ ਮੇਰਾ ਪਿਤਾ ਮਾਰਿਆ ਤਾਂ ਉਹਨੇ ਫਿਰ ਨਰਾਇਣ ਅਸਤਰ ਦਾ ਪ੍ਰਯੋਗ ਕੀਤਾ ਨਰਾਇਣ ਅਸਤਰ ਨੇ ਪਰਲੇ ਲਿਆ ਦਿੱਤੀ ਕਹਿੰਦੇ ਸਾਰੇ ਬੰਨੇ ਅੱਗ ਲੱਗ ਗਈ ਯਦਿਸ਼ਤਰ ਜੀ ਕਹਿਣ ਲੱਗੇ ਵੀ ਜਿੰਨੇ ਭੱਜਣਾ ਭੱਜੋ ਵੀ ਮੈਂ ਤੇ ਹੁਣ ਭੱਜਣਾ ਨਹੀਂ ਆ ਬਾਦਸ਼ਾਹਵਾ ਤੁਹਾਡਾ ਅਰੇ ਤੋਂ ਬਚਣਾ ਮੁਸ਼ਕਲ ਤਾਂ ਮੈਨੂੰ ਤੇ ਮਰਨਾ ਹੀ ਪਾਣਾ ਤੁਸੀਂ ਨਿਕਲ ਜਾਓ ਸਾਰੇ ਭਗਵਾਨ ਕ੍ਰਿਸ਼ਨ ਜੀ ਤੱਕ ਗੱਲ ਪਹੁੰਚੀ ਭਗਵਾਨ ਜੀ ਕਹਿੰਦੇ ਵੀ ਇਦਾਂ ਨਹੀਂ ਤੂੰ ਬਚਿਆ ਜਾ ਇਹ ਨਰਾਇਣ ਹੁਣ ਨਰਾਇਣ ਪਰਮੇਸ਼ਰ ਦਾ ਨਾਮ ਪਰਮੇਸ਼ਰ ਤੇ ਬਲ ਦੇ ਨਾਲੇ ਅਸਤਰ ਸ਼ਸਤਰ ਜਾਂ ਪਰਮੇਸ਼ਰ ਰੂਪੀ ਅਸਥ ਸ਼ਸਤਰ ਅਸਤਰ ਛੱਡਿਆ ਇਹਨਾਂ ਨੇ ਤਾਂ ਇਸ ਕਰਕੇ ਇਦਾਂ ਕਰੋ ਵੀ ਪਰਮੇਸ਼ਰ ਨੂੰ ਨਮਸਕਾਰ ਹੁੰਦੀ ਆ ਲੜਿਆ ਨਹੀਂ ਜਾਂਦਾ ਪਰਮੇਸ਼ਰ ਦੇ ਨਾਲ ਵਾਹਿ ਕਰੂ ਨਾ ਲੜ ਕੇ ਕੋਈ ਜਿੱਤੇ ਅਜੇ ਤੱਕ ਹਥਿਆਰ ਛੱਟੋ ਸਾਰੇ ਆਪਦੇ ਤੇ ਹੱਥ ਜੋੜੋ ਨਮਸਕਾਰ ਕਰੋ ਜਿੰਨੇ ਜਿੰਨੇ ਨਮਸਕਾਰ ਕੀਤੀ ਉਹਦਾ ਕੋਪ ਜਿਹੜਾ ਸੀ ਸ਼ਸ਼ਤਰ ਦਾ ਸ਼ਾਂਤ ਹੋਇਆ ਪਰ ਭੀਮ ਚੰਦ ਜੀ ਨੂੰ ਬੜਾ ਪਾਣਵਾ ਚ ਭੀਮ ਜੀ ਉਹਨਾਂ ਨੂੰ ਬੜਾ ਮਾਣ ਸੀ ਛਕਣ ਛਕਾਉਣ ਚ ਵੀ ਤਗੜੇ ਸੀ ਇਸ ਕਰਕੇ ਕਹਿੰਦੇ ਮੈਂ ਕਿਹਾ ਸੁੱਟਾਂ ਮੈਂ ਛੱਤਰ ਸ਼ਸ਼ਤਰ ਹੀ ਆਣ ਸੂਰਮਾ ਵਾ ਸੂਰਮਾ ਸ਼ਸ਼ਤਰ ਨਹੀਂ ਸੁੱਟਦਾ ਆਪਦਾ ਮਹਾਰਾਜ ਕਹਿੰਦੇ ਸੁੱਟਣੇ ਕਿ ਨਹੀਂ ਸੁੱਟਣੇ ਮਰਵਾਉਣਾ ਹੀ ਸਾਰੇ ਕਿ ਅੱਗੇ ਨਰਾਇਣ ਅਸਤਰ ਤੇ ਪਰਮੇਸ਼ਰ ਅੱਗੇ ਤੇ ਸਾਰੇ ਹੀ ਆਪਣੀ ਸ੍ਰੀ ਸਾਹਿਬ ਨੀਵੀਂ ਪਾ ਕੇ ਨਮਸਕਾਰ ਕਰਦੇ ਆ ਕਿ ਉਹ ਨਰਾਇਣ ਦਾ ਸਰੂਪ ਨੇ ਸ਼ਸ਼ਤਰ ਨਹੀਂ ਉਹਦਾ ਹੀ ਰੂਪ ਨੇ ਉਹਦੇ ਅੱਗੇ ਝੁਕ ਸਕਦੇ ਨੇ ਤਾਂ ਚਲੋ ਇਹਨੇ ਬੜੀ ਜਿੱਦ ਕੀਤੀ ਤੇ ਫਿਰ ਅਰਜਨ ਨੇ ਇੱਕ ਹੋਰ ਖਣੀ ਵాయੂ ਸ਼ਸਤਰ ਚਲਾਇਆ ਇਹਨੂੰ ਬਚਾਇਆ ਪਰ ਫਿਰ ਉਹਦਾ ਕੋਪ ਸ਼ਾਂਤ ਨਾ ਹੋਵੇ ਤਾਂ ਫਿਰ ਇਹਨੇ ਫਿਰ ਨਾਰਾਇਣ ਅਸਤਰ ਅਗੇ ਅਸਤਰ ਇਹ ਤੋਂ ਬਦੋ ਬਦੀ ਰਖਾਏ ਤੇ ਨਮਸਕਾਰ ਕਰਾਈ ਇਦਾਂ ਪੁਰਾਣੇ ਗ੍ਰੰਥਾਂ ਚ ਲਿਖਿਆ ਕਿ ਸ਼ਸਤਰ ਦਾ ਸਤਿਕਾਰ ਕਰਨਾ ਨਾ ਅੱਜ ਵੀ ਜੇ ਕਲਗੀ ਧਰਜੀ ਦਾ ਇਤਿਹਾਸ ਆਪਾਂ ਵਿਚਾਰੀਏ ਤਾਕੂਪੂਰੇ ਨੇ ਮਾਰਾ ਇਹਨੂੰ ਕੀ ਆਖਿਆ ਸੀ ਜਦੋਂ ਮਿਲਨ ਆਇਆ ਇੱਕ ਬੰਨੇ ਦਸਵੇਂ ਪਾਤਸ਼ਾਹ ਦੇ ਸੀਸ ਉੱਤੇ ਚੌਰ ਹੋਵੇ ਦੂਜੇ ਬੰਨੇ ਸ਼ਸਤਰਾਂ ਦੇ ਚੌਰ ਹੋਵੇ ਕਪੂਰੇ ਨੇ ਵੱਡਾ ਜਾਮਾ ਪਾਇਆ ਮਿੱਟੀ ਢੋਂਦਾ ਆਵੇ ਨਾਲ ਦੇ ਸੇਵਾਦਾਰ ਨੇ ਕਹਿ ਦਿੱਤਾ ਚੌਧਰੀ ਸਾਵਧਾਨ ਹੋ ਕੇ ਤੋ ਸ਼ਸਤਰਾਂ ਤੇ ਮਿੱਟੀ ਪਾਉਣਾ ਹੈ ਘੱਟਾ ਢਾਉਣਾ ਹੈ ਹੁਣ ਚੌਧਰੀ ਸੀ ਸਿੰਘ ਨੇ ਏਡੀ ਗੱਲ ਕਹਿ ਤੀ ਬੇਇੱਜ਼ਤੀ ਮੰਨੀ ਸੜੇ ਬਲੇ ਨੇ ਕਹਿ ਦਿੱਤਾ ਤੂੰ ਹੀ ਨਾ ਨਵੀਆਂ ਹੀ ਮਰਿਆਦਾ ਚਲਾਉਂਦੇ ਹੋ ਅੱਗੇ ਤੇ ਗੁਰੂਆਂ ਤੇ ਚੌਰ ਹੁੰਦਾ ਸੀ ਹੁਣ ਸ਼ਸਤਰਾਂ ਦੇ ਵੀ ਕਰੀ ਜਾਂਦੇ ਹੋ ਤਾਂ ਮਾਰਾ ਹੀ ਕਹਿਣ ਲੱਗੇ ਸ਼ਸਤਰ ਵਾਹਿਗੁਰੂ ਦਾ ਰੂਪ ਅਕਾਲ ਪੁਰਖ ਦਾ ਸਰੂਪ ਆ ਪ੍ਰਥਮੇ ਖੰਡਾ ਸਾਜ ਕੇ ਜਿਸਨ ਸਭ ਸਹਾਰਾ ਪਾਇਆ ਖੰਡਾ ਨਾਮ ਸ਼ਕਤੀ ਦਾ ਹੈ ਤਾਕਤ ਦਾ ਹੈ ਪਹਿਲਾਂ ਵਾਹਿਗੁਰੂ ਨੇ ਸ਼ਕਤੀ ਸਾਜੀ ਹੈ ਜਿਨੇ ਸਾਰਾ ਸੰਸਾਰ ਪੈਦਾ ਕੀਤਾ ਹੈ ਕੇਸ ਕਰਕੇ ਤੂੰ ਨਾਰਾਜ਼ ਕਿਉਂ ਹੋਣਾ ਹੈ ਇਹ ਜਿਹਦੇ ਹੱਥ 'ਚ ਹੋਣ ਜਿਹਦੇ ਕੋਲੇ ਹੋਣ ਉਹਦਾ ਹੀ ਰਾਜ ਹੈ ਇਸ ਕਰਕੇ ਮਹਾਰਾਜ ਨੇ ਰਹਿਤਨਾਮੇ ਅਜ ਹੁਕਮ ਵੀ ਦਿੱਤਾ ਹੈ ਵੀ ਕੇਸ ਤੇ ਕਿਰਪਾਨ ਤੋਂ ਬਿਨਾ ਮੇਰੇ ਦਰਸ਼ਨ ਨਹੀਂ ਹੋਣੇ ਜਿਨੇ ਮੇਰੇ ਦਰਸ਼ਨ ਕਰਨੇ ਨੇ ਉਹ ਕੇਸ ਤੇ ਕਿਰਪਾਨ ਦੋ ਚੀਜ਼ਾਂ ਧਾਰਨ ਕਰੇ ਤੇ ਜਿਨੇ ਕੇਸ ਤੇ ਰੱਖ ਲੇ ਪਰ ਕਿਰਪਾਨ ਨਹੀਂ ਉਹਦੀ ਵੀ ਹਾਲਾ ਉਹਦੇ ਹਾਲਾਤ ਵੀ ਭੇਡੂ ਵਰਗੇ ਹੋ ਜਾਣਗੇ ਵੀ ਕੰਨੋਂ ਫੜ ਕੇ ਜਿੱਧਰ ਮਰਜੀ ਘੜੀਸਣਗੇ ਸ਼ਸਤਰ ਤੋਂ ਬਿਨਾ ਸ਼ਸਤਰ ਤੋਂ ਬਿਨਾ ਕੇਸ ਵੀ ਕਮਜ਼ੋਰੀ ਬਣ ਜਾਣੇ ਤੇ ਜੇ ਸ਼ਸਤਰ ਹੈ ਫਿਰ ਭੈ ਰੱਖਿਆ ਜਾਵੇ ਤੁਹਾਾਰੇ ਦੇ ਸਪਸ਼ਟ ਬਚਨ ਨੇ ਵੀ ਬਿਨਾ ਤੇਗ ਤੋਂ ਬਿਨਾ ਕੇਸਾਂ ਤੋਂ ਮੈਂ ਦਰਸ਼ਨ ਨਹੀਂ ਦਿੰਦਾ ਜਿਹੜੇ ਮੇਰੇ ਦਰਸ਼ਨ ਕਰਨਾ ਚਾਹੁੰਦੇ ਨੇ ਉਹ ਕਿਰਪਾਨ ਤੇ ਕੇਸ ਦੋ ਚੀਜ਼ਾਂ ਜ਼ਰੂਰ ਧਾਰਨ ਕਰਨ ਅੰਮ੍ਰਿਤ ਧਾਰਿ ਹੋਣ। ਤਾਂ ਗੁਰਬਾਣੀ ਵਿੱਚ ਵੀ ਲਿਖਿਆ ਆਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸਹਿਬ ਸਰੋਈ ਸਹਿਤ ਹੀ ਯਹੇ ਹਮਾਰੇ ਪੀਰ। ਇਹਦੇ ਵਿੱਚ ਬੜੀ ਤਾਕਤ ਆ। ਆ ਪਿੱਛੇ ਜੇ ਗੱਲ ਚੱਲਦੀ ਪਈ ਸੀ ਤੇ ਚਲੋ ਕੋਈ ਨਾ ਕੋਈ ਸੱਜਣ ਭਾਈ ਗੁਰਦੀਪ ਸਿੰਘ ਜੀ ਬੜਾ ਵੱਡਾ ਕੇਸ ਪੈ ਗਿਆ। ਤਾ ਇੱਥੇ ਦਮਦਮੀ ਟਕਸਾਲ ਦੇ ਪ੍ਰੇਮ ਵਾਲੇ ਇੱਧਰ ਭਾਈ ਗੁਰਦੇਵ ਸਿੰਘ ਜੀ ਬਣਿਆਣਾ ਹੁਣਾਂ ਦੇ ਪੈਲੀਆਂ ਚ ਭਾਈ ਅਵਤਾਰ ਸਿੰਘ ਰਹਿੰਦਾ ਸੀ ਗੁਰਦੁਆਰਾ ਬਣਾਇਆ ਸੀ ਉਹਦੇ ਬਾਬਾ ਦੀਪ ਸਿੰਘ ਜੀ ਤੇ ਬੜੀ ਸ਼ਰਤਾਂ ਸੀ ਉਹਦੇ ਨਾਲ ਗੱਲ ਹੋਈ ਭਾਈ ਗੁਰਦੇਵ ਸਿੰਘ ਜੀ ਦੀ ਤਾਂ ਉਹਨੇ ਆਖਿਆ ਵੀ ਸਿੱਧਾ ਜਿਹਾ ਸਾਧਿਆ ਬੰਦਾਓ ਉਹਨੇ ਆਖਿਆ ਵੀ ਬਾਬਾ ਦੀਪ ਸਿੰਘ ਦਾ ਖੰਡਾ ਰੱਖੋ ਆ ਪਲੰਗੇ ਤੇ ਤੇ ਕਿ ਉਹ ਦੀ ਜਗਾਓ ਜੋਤ ਤੇ ਐਨੇ ਪਾਠ ਕਰੋ ਸੁਬਣੀ ਸਾਹਿਬ ਦੇ ਹੁਣ ਦੂਸਰੇ ਬੰਦੇ ਐਮਐਲਏ ਵੀ ਉਲਟ ਪਿੰਡ ਦਾ ਸਰਪੰਚ ਵੀ ਉਲਟ ਇਹ ਜ਼ਮੀਨ ਹੀ ਸਾਰੀ ਜਾਂਦੀ ਲੱਗਣੀ ਸੀ ਜਦੋਂ ਉਹਨਾਂ ਨੇ ਉਹਦੇ ਆਖੇ ਲੱਗ ਕੇ ਪਾਠ ਪੂਜਾ ਸ਼ੁਰੂ ਕੀਤੀ ਜਾਪ ਸ਼ੁਰੂ ਕੀਤਾ ਸ਼ਸਤਰਾਂ ਦਾ ਸਤਕਾਰ ਕੀਤਾ ਅੱਜ ਤੱਕ ਜ਼ਮੀਨ ਉਹਨਾਂ ਦੇ ਕੋਈ ਛੜਾ ਹੀ ਨਹੀਂ ਸਕਿਆ ਸੋ ਇਸ ਕਰਕੇ ਇਦਾਂ ਦੀਆਂ ਉਧਾਰਨਾ ਮਾਨ ਨੂੰ ਪੋਜ਼ਿਟਿਵ ਰੱਖਣ ਦੇ ਵਿੱਚ ਚੜ੍ਹਦੀ ਕਲਾ 'ਚ ਰੱਖਣ 'ਚ ਵਿਸ਼ਵਾਸ ਰੱਖਣ 'ਚ ਬੜੀਆਂ ਕੰਮ ਦਿੰਦੀਆਂ ਨੇ ਤਾਂ ਹੇ ਅਕਾਲ ਪੁਰਖ ਤੈਨੂੰ ਨਮਸਕਾਰ ਹੈ ਕਿਉਂ ਤੂੰ ਸ਼ਾਸਤਰਾਂ ਦਾ ਮਾਨ ਕਰਦਾ ਜਾਂ ਨਮੋ ਸ਼ਾਸਤਰ ਮਾਣੇ ਮਾਣੇ ਦਾ ਮੈਨੇ ਤੂੰ ਸ਼ਾਸਤਰ ਸਰੂਪ ਹੈ ਮਾਣੇ ਦਾ ਅਰਥ ਹੈ ਵੀ ਆ ਵੀ ਤੂੰ ਸ਼ਾਸਤਰੀ ਹੈ ਸ਼ਾਸਤਰ ਸਰੂਪ ਹੀ ਹੈ ਤਾਕਤ ਰੂਪ ਹੈ ਬਲ ਰੂਪ ਹੈ ਸ਼ਕਤੀ ਰੂਪ ਹੈ ਵੀ ਲਿਖਿਆ ਮਹਾਰਾਜ ਨੇ ਤੀਰ ਤੁਹੀ ਸੈਥੀ ਤੁਹੀ ਤੁਹੀ ਤਬਰ ਤਰਵਾਰ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਪਾਪਾਰ ਐਸੇ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ ਨਮੋ ਪਰਮ ਗਿਆਤਾ ਏ ਅਕਾਲ ਪੁਰਖ ਜੀ ਆਪ ਜੀ ਪਰਮ ਉਤਕ੍ਰਿਸ਼ਟ ਗਿਆਤਾ ਗਿਆਨ ਵਾਲੇ ਹੋ ਭੂਤ ਭੋਇਖ ਦੇ ਦੁਨੀਆਂ ਦੇ ਹਰ ਪਦਾਰਥ ਦਾ ਸਾਰੇ ਜੀਵਾਂ ਦੇ ਕਰਮ ਕਿਰਿਆ ਦੁਖ ਸੁਖ ਕਿਹੜੀ ਜੁਨ ਚੋਂ ਆਇਆ ਹੈ ਕਿਹੜੀ ਜੁਨ ਦੇ ਵਿੱਚ ਜਾਣਾ ਹੈ ਕਿੰਨਾ ਧਨ ਮਿਲਣਾ ਹੈ ਕਿੰਨਾ ਸੁਖ ਮਿਲਣਾ ਹੈ ਕਿੰਨੀ ਵੜਿਆਈ ਮਿਲਣੀ ਹੈ ਕਿੰਨਾ ਦੁੱਖ ਮਿਲਣਾ ਹੈ ਹਰ ਤਰ੍ਹਾਂ ਦੀ ਗਿਆਤ ਸਿਰਫ ਤੇ ਸਿਰਫ ਆਪ ਜੀ ਨੂੰ ਹੀ ਰਹਿੰਦੀ ਸਾਨੂੰ ਦੇ ਇੰਨਾ ਕੀ ਚੇਤਾ ਰਹਿੰਦਾ ਦੁਨਿਆਵੀ ਬੰਦੇ ਨੂੰ ਕਿੰਨਾ ਕੀ ਚੇਤਾ ਰਹਿੰਦਾ ਇੰਨਾ ਕੀ ਰਹਿੰਦਾ ਵੀ ਫਲਾਣੇ ਤੋਂ ਇੰਨੇ ਲੈਣੇ ਇੰਨੇ ਨਹੀਂ ਦਿੱਤੇ ਉਹ ਜੇਤੇ ਰਹਿੰਦੇ ਨੇ ਇਸ ਤੋਂ ਵੱਧ ਬਹੁਤਾ ਨਹੀਂ ਜਾਂ ਪਰਿਵਾਰ ਦਾ ਚੇਤਾ ਹੋਊਗਾ ਥੋੜਾ ਬਹੁਤ ਪਰ ਵਾਹਿਗੁਰੂ ਵਿੱਚ ਪਰਮ ਗਿਆਤਾ ਇੰਨਾ ਗਿਆਨ ਕਿਸੇ ਦੇ ਵਿੱਚ ਨਹੀਂ ਏਡੀ ਵੱਡੀ ਗਿਆਤ ਵਾਲਾ ਭਾਵੇਂ ਕਿ ਗਿਆਤ ਤਾਂ ਜੋਗੀਆਂ ਨੂੰ ਵੀ ਹੁੰਦੀ ਆ ਸੰਤਾਂ ਨੂੰ ਵੀ ਹੁੰਦੀ ਆ ਮਹਾਪੁਰਸ਼ਾਂ ਨੂੰ ਵੀ ਹੁੰਦੀ ਆ ਕਈ ਸੰਤ ਦਿਲ ਦੀ ਬੁੱਝ ਲੈਂਦੇ ਰੱਬ ਉਹਨਾਂ ਦੇ ਮੂੰਹੋਂ ਗਾਲੀ ਏਦਾਂ ਦੇ ਕਢਾਉਂਦਾ ਜਿਹੜੀ ਅਸੀਂ ਸੋਚ ਕੇ ਆਉਨੇ ਜਾਂ ਜਿਹੜੇ ਗੁਰਮਖ ਉਹਨਾਂ ਨੂੰ ਸਰੀਰ ਛੱਡਣ ਲੱਗਿਆਂ ਮਾਣ ਦਿੰਦਾ ਹੈ ਉਹ ਗੁਰਮਖਾਂ ਦੇ ਮੂੰਹ ਤੋਂ ਏਦਾਂ ਦੇ ਬਚਨ ਕਰਾਉਂਦੇ ਨੇ ਵੀ ਉਹ ਬਾਦ ਦੇ ਵਿੱਚ ਇੰਨਾ ਜਾਵਦਾ ਵੀ ਉਹਨਾਂ ਨੂੰ ਆਪਣੀ ਮੌਤ ਦਾ ਪਤਾ ਸੀ ਇੱਕ ਤਾਂ ਇਹ ਨੇ ਇੱਕ ਐਸੇ ਬ੍ਰਹਮ ਗਿਆਨੀ ਸੰਤ ਨੇ ਜਿਨ੍ਹਾਂ ਨੂੰ ਸਭ ਪਤਾ ਹੈ ਪਰ ਫਰਕ ਕੀ ਹੈ ਭੂਤ ਭੇਖ ਦੀ ਗਿਆਤ ਤੇ ਸੰਤਾਂ ਨੂੰ ਵੀ ਹੁੰਦੀ ਆ ਵੀ ਕਦੋਂ ਸਰੀਰ ਛੱਡਣਾ ਫਰਕ ਕੀ ਹੈ ਵੀ ਦਸਣ ਵਾਲੇ ਮਹਾਪੁਰਸ਼ ਲਿਖਦੇ ਨੇ ਦੱਸਦੇ ਨੇ ਉਹ ਕੀ ਲਿਖਦੇ ਨੇ ਦੱਸਦੇ ਨੇ ਵੀ ਜਦੋਂ ਇਹ ਕਿਸੇ ਚੀਜ਼ ਦੇ ਉੱਤੇ ਧਿਆਨ ਜੋੜਨਾ ਸੰਤ ਸਾਧੂ ਫਿਰ ਇਹਨਾਂ ਨੂੰ ਪਤਾ ਲੱਗ ਜਾਂਦਾ ਪਰ ਪਰਮੇਸ਼ਰ ਨੂੰ ਇਦਾਂ ਧਿਆਨ ਸਮਾਧੀ 'ਚ ਨਹੀਂ ਬਹਿਣਾ ਪੈਂਦਾ ਧਿਆਨ ਨਹੀਂ ਜੋੜਨਾ ਪੈਂਦਾ ਵੀ ਮੈਂ ਫਲਾਣੇ ਦਾ ਪਤਾ ਕਰਨਾ ਇਹਨੂੰ ਸੁਤੇ ਸਿੱਧੀ ਗਿਆਤ ਹੈ ਹਰ ਪਦਾਰਥ ਦੀ ਵਸਤੂ ਦੀ ਸਭ ਕੋ ਪ੍ਰਤੱਖ ਹੀ ਆ ਉਹਨਾਂ ਦੇ ਅੱਗੇ ਜੇ ਮੈਂ ਹੱਥ ਤੇ ਔਲਾ ਰੱਖਿਆ ਸਭ ਦਿਖਦਾ ਸਭ ਪ੍ਰਤੱਖ ਹੈ ਸਭ ਕੁਝ ਸਾਹਮਣੇ ਆਜ਼ਰ ਹੈ ਸੰਤਾਂ ਦਾ ਇੰਨਾ ਕੁ ਫਰਕ ਹੁੰਦਾ ਕਿ ਇਹਨਾਂ ਨੂੰ ਚੌਂਕੜੇ 'ਚ ਬਹਿ ਕੇ ਦੇਖਣਾ ਪੈਂਦਾ ਹੈ। ਇਦਾਂ ਲਿਖਣ ਵਾਲੇ ਲਿਖਦੇ ਨੇ ਅੱਗੇ ਜਿਨ ਹਰ ਪਾਇਓ ਤਿਨੇ ਛਾਇਓ ਜਾਂ ਜਿਉ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਤਾਂ ਫਿਰ ਸੰਤ ਹੀ ਜਾਣਦੇ ਹੋਣਗੇ ਪਰ ਲਿਖਣ ਵਾਲੇ ਲਿਖਦੇ ਨੇ ਕਿ ਰੱਬ ਨੂੰ ਵੀ ਪਤਾ ਹਰ ਚੀਜ਼ ਦਾ ਸੰਤਾਂ ਨੂੰ ਵੀ ਪਤਾ ਫਿਰ ਫਰਕ ਕੀ ਹੈ? ਇਹਦੇ ਫਰਕ ਇਹ ਆ ਵੀ ਉਹਨਾਂ ਨੂੰ ਧਿਆਨ 'ਚ ਬਹਿਣਾ ਪੈਂਦਾ ਵਾ ਕਿਸੇ ਚੀਜ਼ ਦਾ ਪਤਾ ਕਰਨ ਵਾਸਤੇ ਤੇ ਰੱਬ ਨੂੰ ਸਭ ਕੁਝ ਪ੍ਰਤੱਖ ਹੀ ਹੈ, ਹਾਜ਼ਰੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਆਪ ਜੀ ਉਤਕ੍ਰਿਸ਼ਟ ਗਿਆਤਾ ਵਾਲੇ ਜਿੱਡਾ ਵੱਡਾ ਗਿਆਨ ਆਪ ਜੀ ਨੂੰ ਹੈ ਹੋਰ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਗਿਆਨ ਨਹੀਂ ਹੈ ਨਮੋ ਲੋਕ ਮਾਤਾ ਕਿਸੇ ਕਰਕੇ ਬਾਣੀ ਚ ਲਿਖਿਆ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਓ ਗਿਆਨ ਹੋ ਕੇ ਗਿਆਤਾ ਮਹਾ ਬੁੱਧਤਾ ਕੇ ਦਾਤਾ ਦੇਵ ਕਾਲ ਹੋਂ ਕੇ ਕਾਲ ਮਹਾਕਾਲ ਹੋਂ ਕੇ ਕਾਲ ਹੈ ਨਮੋ ਲੋਕ ਮਾਤਾ ਏ ਵਾਹਿਗੁਰੂ ਪਰਮੇਸ਼ਰ ਜੀ ਤੂੰ ਸਭਨਾ ਲੋਕਾਂ ਨੂੰ ਮਾਤਾ ਪਿਤਾ ਰੂਪ ਤੈਨੂੰ ਮੇਰੀ ਨਮਸਕਾਰ ਹੈ ਪਰਮ ਗਿਆਤ ਵਾਲੇ ਵਾਹਿਗੁਰੂ ਨੂੰ ਨਮਸਕਾਰ ਹੈ ਮਾਤਾ ਸਰੂਪ ਪਿਤਾ ਸਰੂਪ ਪਾਲਣਿਆ ਕਰਨ ਵਾਲੇ ਵਾਹਿਗੁਰੂ ਨੂੰ ਵੀ ਨਮਸਕਾਰ ਹੈ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਪਰਤ ਪਾਰਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਰ ਕੈਸੇ ਵਾਹਿਗੁਰੂ ਨੂੰ ਨਮਸਕਾਰ ਹੈ ਅਪੇਖੀ ਅਭਰਮੀ ਅਭੋਗੀ ਅਭੁਗਤੇ ਸੇ ਅਤਾਲ ਪੁਰਖ ਜੀ ਆਪ ਜੀ ਅਪੇਖੀ ਭੇਖਾਂ ਤੋਂ ਰਹਿਤ ਹੋ ਅਭਰਮੀ ਭਰਮ ਤੋਂ ਰਹਿਤ ਹੋ ਅਭੋਗੀ ਅਭੁਗਤੇ ਜਿਹੜੇ ਸੰਤ ਜਨ ਸੰਸਾਰ ਦੇ ਭੋਗਾਂ ਤੋਂ ਰਹਿਤ ਨੇ ਅਭੋਗੀ ਨੇ ਉਹ ਸੰਤ ਜਨ ਤੇਰੇ ਗਿਆਨ ਨੂੰ ਤੇਰੇ ਅਨੰਦ ਨੂੰ ਆ ਵਿਸ਼ੇਸ਼ ਕਰਕੇ ਭੁਗਤੇ ਭੋਗਦੇ ਨੇ ਜਾਣ ਲੈਂਦੇ ਹਨ ਉਹਨਾਂ ਦੀ ਆਤਮ ਗਿਆਨੀ ਖੁਰਾਕ ਬਣ ਜਾਂਦੀ ਏਵੇਂ ਅਖੰਡ ਕੀਰਤਨ ਤិន ਭੋਜਨ ਚੂਰਾ ਉਹਨਾਂ ਦਾ ਭੋਜਨ ਕੀ ਹੈ ਵਾਹਿਗੁਰੂ ਦਾ ਨਾਮ ਵਾਹਿਗੁਰੂ ਦਾ ਕੀਰਤਨ ਜਾਂ ਫਿਰ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਪਰ ਕਿੰਨਾ ਨੂੰ ਆ ਭੋਗੀ ਜਿਹੜੇ ਸੰਸਾਰ ਦੇ ਭੋਗਾਂ ਤੋਂ ਰਹਿਤ ਹੋ ਗਏ ਨੇ ਜਿਨ੍ਹਾਂ ਗੁਰਮਖਾਂ ਦੀ ਬਿਰਤੀ ਦੁਨੀਆ ਦੇ ਪਦਾਰਥਾਂ ਤੋਂ ਉੱਪਰ ਉੱਠ ਗਈ ਆ ਉਹਨਾਂ ਨੂੰ ਪਰਮੇਸ਼ਰ ਦੇ ਪ੍ਰਤੱਖ ਦਰਸ਼ਨਾਂ ਦੀ ਦਾਤ ਪ੍ਰਾਪਤ ਹੁੰਦੀ ਹੈ ਆਤਮ ਗਿਆਨ ਦੁਆਰਾ ਆਨੰਦ ਮਾਣਦੇ ਨੇ ਆ ਵਿਸ਼ੇਸ਼ ਕਰਕੇ ਉਹ ਭੋਗਦੇ ਹਨ ਜਿਵੇਂ ਮਹਾਰਿ ਕਹਿੰਦੇ ਬਿਖੈ ਦਲ ਸੰਤਨ ਤੁਮਰੇ ਗਾਹਿ ਰਸ ਰਸ ਪੀਰੇ ਜਿਹ ਰਸ ਬਿਸਰ ਗਏ ਰਸ ਔਰ ਐਸੀ ਅਵਸਥਾ ਦੇ ਉਹ ਮਾਲਕ ਨੇ ਜਾਂ ਆ ਭੋਗੀ ਆ ਭੁਗਤੇ ਹੁਣ ਜਿਹੜੇ ਸੰਸਾਰਿਕ ਬੰਦੇ ਨੇ ਇਹ ਆ ਵਿਸ਼ੇਸ਼ ਕਰਕੇ ਭੋਗੀ ਆ ਬਹੁਤੇ ਭੂਗਾਂ ਚ ਫਸੇ ਹੋਏ ਆ ਉਹ ਵਾਹਿਗੁਰੂ ਜੀ ਤੈਨੂੰ ਆ ਨਹੀਂ ਭੁਗਤ ਜਾਣ ਸਕਦੇ ਉਹ ਤੇਰੇ ਆਨੰਦ ਨੂੰ ਨਹੀਂ ਪ੍ਰਾਪਤ ਕਰ ਸਕਦੇ ਕਿਉਂ ਹਉ ਇਨੀ ਟੋਲੀ ਭੁਲਿਆ ਸਤਿ ਸਕੰਤ ਨਾ ਬੈਠੀ ਪਾਸ ਜੀਓ ਸੋ ਇਨਾ ਰੂਪਾ ਰੰਗਲਾ ਮੋਤੀ ਤੇ ਮਾਨਕ ਜੀਓ ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਸਿਓ ਲਾਇਆ ਚਿਤ ਜੀਓ ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਜੀਓ ਹਉ ਇਨੀ ਟੋਲੀ ਭੁਲਿਆ ਸਤਿ ਸਕੰਤ ਨਾ ਬੈਠੀ ਪਾਸ ਜੀਓ ਇਸ ਕਰਕੇ ਦੁਨਿਆਵੀ ਪੁਰਸ਼ ਜਿਹੜੇ ਭੋਗਾਂ 'ਚ ਫਸੇ ਨੇ ਉਹ ਨਹੀਂ ਆ ਆ ਵਿਸ਼ੇਸ਼ ਕਰਕੇ ਆਪ ਜੀ ਨੂੰ ਭੁਗਤੇ ਜਾਣ ਸਕਦੇ ਨਮੋ ਜੋਗ ਜੋਗੇஸ்வரੰ ਪਰਮ ਜੁਗਤੇ ਜੇ ਅਕਾਲ ਪੁਰਖ ਜੀ ਆਪ ਜੀ ਜੋਗ ਜੋਗੇஸ்வரੰ ਜੋਗੀਆਂ ਦੇ ਵੀ ਜਿਹੜੇ ਵੱਡੇ ਜੋਗੀ ਨੇ ਉਹਨਾਂ ਦੇ ਵੀ ਈਸ਼ਵਰੰ ਉਹਨਾਂ ਦੇ ਵੀ ਈਸ਼ਵਰ ਹੋ ਤੇ ਪਰਮ ਜੁਗਤੇ ਸਬ ਦਾ ਪਰਮ ਪਰਾਰੂਪ ਹੋ ਤੇ ਹਰੇਕ ਦੇ ਵਿੱਚ ਹੀ ਜੁਗਤੇ ਜੁੜੇ ਹੋਏ ਹੋ ਹਰ ਥਾਂ ਤੇ ਹਾਜ਼ਰ ਵੀ ਹੋ ਨਾਲੇ ਐਸੇ ਵਾਹਿਗੁਰੂ ਜੀ ਨੂੰ ਨਮੋ ਨਮਸਕਾਰ ਹੈ ਨਮੋ ਨਿਤ ਨਾਰਾਇਣੇ ਕ੍ਰੂਰ ਕਰਮੇ ਇਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਨਾਰਾਇਣ ਨਾਰ ਨਾਰੀਆਂ ਦੇ ਹਿਰਦੇ ਰੂਪੀ ਆਣ ਘਰ ਦੇ ਵਿੱਚ ਨਿਵਾਸ ਕਰਨ ਵਾਲੇ ਨਾਰਾਇਣ ਸਰੂਪ ਹਰੇਕ ਦੇ ਹਿਰਦੇ ਦੇ ਵਿੱਚ ਬੈਠੇ ਹੋ ਔਰ क्रूर ਕਰਮੇ क्रूर ਭਿਆਨਕ ਕਰਮ ਦੇ ਕਰਨ ਵਾਲੇ ਭਿਆਨਕ ਕਰਮ ਕੀ ਹੈ ਦੁਸ਼ਟਾਂ ਨੂੰ ਮਾਰਨਾ ਪਾਪੀਆਂ ਨੂੰ ਨਰਕਾਂ ਵਿੱਚ ਸਜ਼ਾ ਦੇਣੀ ਜਾਂ ਯਾਹੀ ਕਾਜ ਧਰਾ ਹਮ ਜਨਮ ਸਮਝ ਲਿਓ ਸਾਧੂ ਸਭ ਮਨਮੰਗ ਧਰਮ ਚਲਾਵਨ ਸੰਤੋ ਬਾਰਨ ਦੁਸ਼ਟ ਸਭਨ ਕੋ ਮੂਲ ਉਪਾਰ ਜਿਹੜੇ ਦੁਸ਼ਟ ਨੇ ਇਨਾਂ ਨੂੰ ਖਤਮ ਕਰਨ ਰੂਪੀ ਭਿਆਨਕ ਕਰਮ ਆਪ ਜੀ ਕਰਦੇ ਹੋ ਨਾਰਾਇਣ ਨਾਮ ਦਾ ਬੜੀ ਵੱਡੀ ਮਹਿਮਾ ਗੁਰਬਾਣੀ ਚ ਲਿਖੀ ਹੈ ਇੱਕ ਪੂਰਾ ਸ਼ਬਦੀ ਧੰਗ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤਾ ਜਿਹਦਾ ਬੜਾ ਵੱਡਾ ਮਹਾਤਮ ਹੈ ਵੀ ਸਾਰੇ ਪਾਪ ਕੱਟੇ ਜਾਂਦੇ ਨੇ ਸਾਰੇ ਸੁੱਖ ਪ੍ਰਾਪਤ ਹੁੰਦੇ ਦੇ ਹਰ ਤਰ੍ਹਾਂ ਦੀ ਇੱਛਾ ਪ੍ਰਾਪਤ ਹੁੰਦੀ ਹੈ ਉਸ ਸ਼ਬਦ ਦਾ ਜਾਪ ਕੀਤਿਆਂ ਨਰਕਾਂ ਦੇ ਵਿੱਚ ਨਹੀਂ ਪੈਂਦਾ ਹੈ ਉਸ ਸ਼ਬਦ ਨੂੰ ਮਨ ਦੇ ਵਿੱਚ ਧਾਰਿਆ ਜੰਮਣ ਮਰਨ ਤੋਂ ਬਾਹਰ ਹੁੰਦਾ ਹੈ ਉਸ ਸ਼ਬਦ ਦਾ ਜਾਪ ਕਰਦਾ ਰਹੇ ਜੰਮ ਭਜ ਜਾਂਦੇ ਨਾਰਾਇਣ ਨਾਮ ਦਾ ਸ਼ਬਦ ਮਹਾਰਾਜ ਨੇ ਨਾਰਾਇਣ ਸਤੋਤਰ ਉਚਾਰਨ ਕੀਤਾ ਹੈ ਨਾਮ ਨਰੰਜਨ ਨੀਰ ਨਾਰਾਇਣ ਰਸਵਾ ਸਿਮਰਤ ਪਾਪ ਬਲਾਇ ਇਹ ਪੂਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਐਸਾ ਨਾਰਾਇਣ ਜਾਂ ਫਿਰ ਸੁਲਹੀ ਤੇ ਨਾਰਾਇਣ ਰਾਖ ਜਿੱਦਾਂ ਦਾ ਮਰਜੀ ਦੁੱਖ ਹੋਵੇ ਸੋ ਇਸ ਪਾਸੇ ਨਾ ਜਾਈਏ हे ਅਕਾਲ ਪੁਰਖ ਆਪ ਨਾਰ ਨਾਰ ਕਹਿੰਦੇ ਜਲ ਨੂੰ ਆਇਣ ਕਹਿੰਦੇ ਘਰ ਨੂੰ ਆਪ ਜੀ ਜਲ ਦੇ ਵਿੱਚ ਘਰ ਨਿਵਾਸ ਕਰਕੇ ਸਭ ਨੂੰ ਠੰਡਕ ਦੇਣ ਵਾਲੇ ਨਾਰਾਇਣ ਠੰਡ ਪਾਉਣ ਵਾਲੇ ਸ਼ਾਂਤੀ ਪ੍ਰਦਾਨ ਕਰਨ ਵਾਲੇ ਹੁਣ ਇਸੇ ਨਾਰਾਇਣ ਦਾ ਜੇ ਅਰਬੀ ਫਾਰਸੀ ਚਰਤ ਕੀਤਾ ਜਾਵੇ ਤੇ ਨਾਰ ਕਹਿੰਦੇ ਅੱਗ ਨੂੰ ਅੱਗ ਦੇ ਵਿੱਚ ਆਇਣ ਮੈਨੇ ਨਿਵਾਸ ਅਗਨੀ ਰੂਪ ਹੋ ਕੇ ਸੂਰਜ ਰੂਪ ਹੋ ਕੇ ਸਭ ਨੂੰ ਸਾੜਨਾ ਤਪਸ਼ ਦੇਣਾ ਇਹੋ ਜੇ क्रूर ਕਰਮ ਜਾਂ ਜਮ ਰੂਪ ਹੋ ਕੇ क्रूर ਕਰਮ ਆਪਣੀ ਸਜ਼ਾ ਦੇਣੀ ਕਰਮਾਂ ਦੀ ਇਹੋ ਜੇ ਭਿਆਨਕ ਕਰਮਾਂ ਨੂੰ ਕਰਨ ਵਾਲੇ ਉਹ ਹੈ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਨੂੰ ਨਮਸਕਾਰ ਹੈ ਨਮੋ ਪ੍ਰੇਤ ਅਪਰੇਤ ਦੇਵੇ ਸੋ ਧਰਮੇ ਪ੍ਰੇਤ ਕਹਿੰਦੇ ਨੇ ਭੂਤਾਂ ਦੀ ਇੱਕ ਜਾਤੀ ਪੂਤ ਤੇ ਪਿਛਾਚਾਂ ਦੀ ਇੱਕ ਜਾਤੀ ਮੰਨੀ ਆ ਜਿਹਦਾ ਮੂੰਹ ਬਹੁਤ ਭਿਆਨਕ ਹੁੰਦਾ ਹੈ ਡਰਾਉਣਾ ਹੁੰਦਾ ਹੈ ਮਰਨ ਤੋਂ ਬਾਅਦ ਜਿਨ੍ਹਾਂ ਨੇ ਪਾਪ ਕੀਤੇ ਹੁੰਦੇ ਉਹਨਾਂ ਨੂੰ ਇੱਕ ਸਰੀਰ ਮਿਲਦਾ ਨੂੰ ਪ੍ਰੇਤ ਜੁਨੀ ਕਹਿ ਦਿੰਦੇ ਜਾਂ ਪ੍ਰੇਤ ਕਹਿ ਦਿੰਦੇ ਜਿਹੜੇ ਮਾੜੇ ਕੰਮ ਕਰਨ ਉਹ ਕੌਣ ਦਾੰਤ ਜਿਹੜੇ ਵਾਹਿਗੁਰੂ ਦਾ ਨੂੰ ਨਾਮ ਮੰਨਣ ਇਹ ਸਾਰੇ ਭੂਤ ਪ੍ਰੇਤਾਂ ਦੀ ਸੰਗਿਆ ਵਿੱਚ ਆਉਂਦੇ ਜਾਂ ਪ੍ਰੇਤ ਕਹਿ ਦਿੰਦੇ ਜਿਹੜਾ ਅਪਵਿੱਤਰ ਹੋਵੇ ਗੰਦਾ ਰਹਿੰਦਾ ਹੋਵੇ ਨਾ ਉਨੂੰ ਪ੍ਰੀਤ ਕਹਿ ਦਿੰਦੇ ਨੇ ਤੇ ਆ ਪ੍ਰੀਤ ਜਾਂ ਫਿਰ ਪ੍ਰੀਤ ਕਹਿੰਦੇ ਮਰੇ ਹੋਏ ਨੂੰ ਜਿਵੇਂ ਕਿਸੇ ਦੀ ਮੌਤ ਹੋ ਗਈ ਹੁਣ ਮਰਨ ਤੋਂ ਬਾਅਦ ਉਹਦੀ ਜਿਹੜੀ ਰੂਹ ਆ ਉਹਦਾ ਨਾਮ ਕੀ ਪੈ ਜਾਂਦਾ ਪ੍ਰੀਤ ਤੇ ਆ ਪ੍ਰੀਤ ਕੀ ਹੋ ਗਿਆ ਵੀ ਆ ਜਿਹੜਾ ਰਹਿਤ ਹੈ ਪ੍ਰੀਤ ਮਰੇ ਤੋਂ ਮੈਨੇ ਅਮਰ ਅਮਰ ਦਾ ਅਰਥ ਕੀ ਹੋ ਗਿਆ ਦੇਵਤਾ ਜਾਂ ਜਿਹੜੇ ਚੰਗੇ ਬੰਦੇ ਨੇ ਚੰਗੇ ਮਨੁੱਖ ਹੋਗੇ ਤਾਂ ਨਮੋ ਪ੍ਰੀਤ ਆ ਪ੍ਰੀਤ ਦੇਵੇ ਸੋ ਧਰਮੇ ਹੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਗਰੀਬ ਨਿਵਾਜ ਜੀਓ ਆਪ ਜੀ ਜਿਹੜੇ ਪ੍ਰੇਤ ਅਪਵਿੱਤਰ ਨੇ ਜਿਨ੍ਹਾਂ ਦਾ ਜੀਵਨ ਬਹੁਤ ਅਪਵਿੱਤਰ ਹੈ ਉਹਨਾਂ ਨੂੰ ਆਪ ਪ੍ਰੇਤ ਪਵਿੱਤਰ ਕਰਨ ਵਾਲੇ ਹੋ ਤੇ ਦੇਵੇਸ ਵੈਸੇ ਪਾਠ ਹੈ ਦੇਵੇਸੁ ਧਰਮੇ ਅਰਥ ਕਰਨ ਲੱਗਿਆ ਮਹਾਪੁਰਸ਼ ਕੀ ਕਰਦੇ ਨੇ ਦੇਵੇਸ ਦੇਵਤਿਆਂ ਦੇ ਵੀ ਈਸ਼ ਇੰਦਰ ਹੋ ਔਰ ਧਰਮੇ ਧਰਮਰਾਜ ਸਰੂਪ ਹੋ ਏ ਅਕਾਲ ਪੁਰਖ ਜੀ ਆਪ ਜੀ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ ਦੇਵਰਾਜ ਇੰਦਰ ਸਰੂਪ ਵੀ ਤੁਸੀਂ ਹੋ ਧਰਮਰਾਜ ਸਰੂਪ ਵੀ ਤੁਸੀਂ ਹੋ ਇਹ ਜਿੰਨੇ ਰੂਪ ਨੇ ਸੋ ਆਪ ਜੀ ਨਹੀਂ ਧਾਰਨ ਕੀਤੇ ਨੇ ਜਾ ਫਿਰ ਹੈ ਅਕਾਲ ਪੁਰਖ ਜੀ ਤੁਸੀਂ ਆਪ ਰੇਤ ਦੇਵਤਾ ਹੋ ਪ੍ਰੇਤ ਦਾਤ ਹੋ ਦੇਵ ਰਾਜ ਦੇ ਇੰਦਰ ਹੋ ਧਰਮੇ ਧਰਮ ਸਰੂਪ ਹੋ ਇਹ ਸਾਰੇ ਸਰੂਪ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਨੇ ਹੀ ਧਾਰਨ ਕੀਤੇ ਹਨ ਆਪ ਜੀ ਨੂੰ ਨਮਸਕਾਰ ਹੈ ਨਮੋ ਰੋਗ ਹਰਤਾ ਏ ਵਾਹਿਗੁਰੂ ਜੀ ਨਮਸਕਾਰ ਹੈ ਆਪ ਜੀ ਨੂੰ ਕਿਉਂ ਕਿਉਂਕਿ ਸੰਪੂਰਨ ਰੋਗਾਂ ਨੂੰ ਹਰਤਾ ਨਾਸ਼ ਕਰਨ ਵਾਲੇ ਹੋ ਰੋਗਾਂ ਨੂੰ ਕੱਟਣ ਵਾਲੇ ਹੋ ਬਿਮਾਰੀਆਂ ਨੂੰ ਖਤਮ ਕਰਨ ਵਾਲੇ ਹੋ ਨਮੋ ਰਾਗ ਰੂਪੇ ਇਹ ਅਕਾਲ ਪੁਰਖ ਜੀ ਆਪ ਜੀ ਹੀ ਰਾਗ ਰੂਪ ਹੋ ਰਾਗ ਕਹਿੰਦੇ ਨੇ ਗਾਇਨ ਕੀਤੇ ਜਾਣ ਵਾਲੇ ਜਿਹਨੂੰ ਗਾਇਆ ਜਾ ਸਕੇ ਹੁਣ ਇਹਦੀ ਸਾਖੀ ਬੜੀ ਸੁੰਦਰ ਸਵਾ ਵੀ ਪੂਰਾ ਹੋ ਚੁੱਕਾ 1 ਘੰਟੇ ਦਾ ਸਵਾਪਤੀ ਦਾ ਸਮਾਂ ਹੋ ਗਿਆ ਹੈ ਰਾਗ ਕੀ ਚੀਜ਼ ਹੈ ਜਿਹੜੀ ਸੱਤ ਸੁਰਾਂ ਦੇ ਬੰਧਨ ਤੋਂ ਪੈਦਾ ਹੁੰਦੀ ਹੈ ਇੱਕ ਪਿਆਰੀ ਲੈ ਇੱਕ ਸੋਹਣੀ ਧੁਨ ਉਤਪਨ ਹੁੰਦੀ ਜਿਹਨੂੰ ਨਾਮ ਜਿਹਦਾ ਨਾਮ ਕੀ ਆ ਰਾਗ ਹੁਣ ਰਾਗ ਜਿਹੜਾ ਵਾ ਸਵਰ ਰੂਪ ਹੈ ਤੇ ਸਵਰ ਜਿਹੜਾ ਵਾ ਉਹ ਸ਼ਬਦ ਰੂਪ ਹੈ ਇਸ ਕਰਕੇ ਸ਼ਬਦ ਦੀ ਬ੍ਰਹਮ ਨਾਲ ਪਰਮੇਸ਼ਰ ਨਾਲ ਏਕਤਾ ਇਸ ਕਰਕੇ ਰਾਗ ਨੂੰ ਵੀ ਰੱਬ ਰੂਪ ਮੰਨਿਆ ਗਿਆ ਹੈ ਰਾਗ ਦੇ ਵਿੱਚ ਗੁਰਬਾਣੀ ਦਾ ਗਾਇਨ ਕੀਤਾ ਜਾਂਦਾ ਹੈ ਇਸ ਕਰਕੇ ਹੁਣ ਜਿਹੜੀ ਰਾਗ ਦੇ ਵਿੱਚ ਆਨੰਦ ਆ ਜੋ ਪ੍ਰੇਮ ਪੈਦਾ ਕਰਦਾ ਰਾਗ ਆਪਣੇ ਵੱਲ ਖਿੱਚਦਾ ਵਾ ਗੁਰਬਾਣੀ ਵਿੱਚ ਕਿੰਨੀਆਂ ਉਦਾਹਰਨਾਂ ਦਿੱਤੀਆਂ ਨੇ ਵੀ ਕੰਡੇ ਹੀੜੇ ਦਾ ਸਵਰ ਹਰਣ ਨੂੰ ਆਪਣੇ ਪਾਸ ਖਿੱਚ ਕੇ ਲੈ ਜਾਂਦਾ ਹੈ